ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਪਹੁੰਚੇ ਹਾਂ ਚੰਡੀਗੜ੍ਹ। ਕਾਫੀ ਦੇਰ ਤੋਂ ਅਸੀਂ ਇੱਕ ਸੀਰੀਜ਼ ਸ਼ੁਰੂ ਕਰਨ ਬਾਰੇ ਸੋਚ ਰਹੇ ਸੀ, ਜਿਹਦੇ ਵਿੱਚ ਅਸੀਂ ਆਪਾਂ ਤੁਹਾਨੂੰ ਇਹੋ ਜਿਹੇ ਬੰਦਿਆਂ ਨਾਲ ਮਿਲਾਈਏ ਜਿਨ੍ਹਾਂ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ, ਬਿਜ਼ਨਸ ਦੇ ਵਿੱਚ ਮੱਲਾਂ ਮਾਰੀਆਂ ਨੇ। ਕੱਲ੍ਹ ਇੱਕ ਇਹੋ ਜਿਹੀ ਪਰਸਨੈਲਿਟੀ ਨੂੰ ਮਿਲੇ, ਪਰ ਕੱਲ੍ਹ ਸਾਡੇ ਕੋਲ ਟਾਈਮ ਘੱਟ ਸੀ ਅਤੇ ਕੈਮਰਾ ਨਹੀਂ ਲੈ ਕੇ ਆਏ ਸੀ, ਪਰ ਅੱਜ ਅਸੀਂ ਦੁਬਾਰਾ ਚੰਡੀਗੜ੍ਹ ਉਹਨਾਂ ਨੂੰ ਮਿਲ ਆਇਆ ਅਤੇ ਉਹਨਾਂ ਦਾ ਨਾਮ ਹੈਗਾ ਜੀ ਜੈਕ ਸੂਮਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਦਿਓ ਮਾੜੀ ਜੀ। ਹਾਂਜੀ, ਮੇਰਾ ਨਾਮ ਜੈਕ ਚੀਮਾ ਅਤੇ ਮੈਂ ਕ੍ਰਿਸ ਕੈਥਨ ਜਿਮਸ ਦਾ ਕੋ-ਫਾਊਂਡਰ ਹਾਂ ਅਤੇ ਫਿਜ਼ੀਕ ਗਲੋਬਲ ਦਾ CEO। ਮੋਸਟਲੀ ਜਿਹੜੇ ਲੋਕ ਨੇ ਉਹ ਇੱਧਰੋਂ ਇੰਡੀਆ ਤੋਂ ਜਾ ਕੇ ਕੈਨੇਡਾ ਕੰਮ ਕਰਦਾ, ਜਿੱਦਾਂ ਮੈਂ ਇੰਡੀਆ ਤੋਂ ਕੈਨੇਡਾ ਗਿਆ ਹੈ ਨਾ। ਤੁਸੀਂ UK ਦੇ ਵਿੱਚ, ਜਿੱਦਾਂ ਆਪਾਂ ਕੱਲ੍ਹ ਗੱਲ ਕੀਤੀ, ਤੁਸੀਂ UK ਦੇ ਵਿੱਚ ਬੋਰਨ ਐਂਡ ਰੇਸ ਹੋ, ਤੁਸੀਂ ਕਿੱਦਾਂ ਸੋਚਿਆ ਤੁਸੀਂ ਉੱਧਰ ਕੰਮ ਛੱਡ ਕੇ ਉਰੇ ਜ਼ਿਆਦਾ ਕੰਮ ਕਿਉਂ ਖੋਲ੍ਹਿਆ? ਇਹਦੇ ਵਿੱਚ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਫਾਦਰ ਸਾਹਿਬ ਦਾ ਧੰਨਵਾਦ ਹੀ ਕਰ ਸਕਦਾ, ਕਿਉਂਕਿ ਮੇਰੇ ਡੈਡੀ ਜੀ ਉਹਨਾਂ ਦੀ ਇੱਕ ਇੱਛਾ ਸੀ ਕਿ ਮੈਂ ਅਤੇ ਮੇਰੇ ਬ੍ਰਦਰ ਅਸੀਂ ਪੰਜਾਬੀ ਨਾਲ ਜੁੜੇ ਰਹੀਏ। ਹਾਂਜੀ। ਅਤੇ UK ਦੇ ਵਿੱਚ ਰਹਿ ਕੇ ਬਹੁਤ ਸਾਰੇ ਜਿਹੜੇ ਸਾਡੀ ਜਨਰੇਸ਼ਨ ਦੇ ਹੈਗੇ ਆ ਯੰਗਸਟਰ, ਜਿਹੜੇ ਹੁਣ ਯੰਗਸਟਰ ਤਾਂ ਹੁਣ ਚਲੋ ਅਸੀਂ ਆਪਣੇ ਆਪ ਨੂੰ ਕਹਿ ਰਹੇ ਹਾਂ, ਪਰ ਜਿਹੜੇ ਯੰਗਰ ਜਨਰੇਸ਼ਨ, ਦੂਸਰੀ ਜਨਰੇਸ਼ਨ ਜਿਹੜੀ ਸੀਗੀ, ਉਹ ਪੰਜਾਬੀ ਦੇ ਨਾਲ ਸਾਰੇ ਜੁੜੇ ਨਹੀਂ ਹੈਗੇ। ਅਤੇ UK ਦੇ ਵਿੱਚ ਰਹਿ ਕੇ ਫਿਰ UK ਦਾ ਹੀ ਜਾਣੀ ਕਿ ਕਲਚਰ ਅਡੋਪਟ ਕੀਤਾ ਹੁੰਦਾ। ਸੋ ਮੇਰੇ ਡੈਡੀ ਜੀ ਨੇ ਸਾਨੂੰ ਬੱਚਿਆਂ ਹੁੰਦਿਆਂ ਤੋਂ ਹੀ ਇੰਡੀਆ ਹਰੇਕ ਸਾਲ ਲੈ ਕੇ ਆਉਂਦੇ ਹੁੰਦੇ ਸੀ, ਭੇਜਦੇ ਹੁੰਦੇ ਸੀਗੇ। ਸੋ ਮੇਰਾ ਮੈਂ ਤਾਂ ਪੰਜਾਬੀ ਨੂੰ ਆਪਣਾ ਗਹਿਣਾ ਸਮਝਦਾ ਅਤੇ ਉਸ ਦੇ ਜ਼ਰੀਏ ਕਾਫੀ ਸਾਡੀ ਯਾਰੀ ਦੋਸਤੀ ਰਿਲੇਸ਼ਨਸ਼ਿਪਸ ਕਈਆਂ ਨਾਲ ਇੰਡੀਆ ਦੇ ਵਿੱਚ ਬਣੀਆਂ ਅਤੇ ਉੱਥੋਂ ਸਾਡਾ ਬਿਜ਼ਨਸ ਇੱਥੇ ਕਰਨ ਦਾ ਜਾਣੀ ਕਿ ਆਈਡੀਆ ਬਣਿਆ ਸੀ। ਮੋਸਟਲੀ ਲੋਕ ਜਿੱਦਾਂ ਸਕੂਲ 'ਚ ਜਾਂਦੇ ਆ ਤਾਂ ਉਹਨਾਂ ਨੂੰ ਜੋਬਸ ਬਾਰੇ ਹੀ ਸਿਖਾਇਆ ਜਾਂਦਾ, ਜਿਵੇਂ ਜਿੱਦਾਂ ਮੇਰੀ ਪਰਵਰਿਸ਼ ਹੋਈ ਆ, ਉਹਨਾਂ ਦੱਸਿਆ ਵੀ ਸਕੂਲ 'ਚ ਪੜ੍ਹੋ ਤਾਂ ਵਧੀਆ ਸਰਕਾਰੀ ਨੌਕਰੀ ਕਰੇਂਗੇ ਜਾਂ ਤੁਸੀਂ ਪ੍ਰਾਈਵੇਟ ਨੌਕਰੀ ਕਰੇਂਗੇ। ਤੁਹਾਡੀ ਪਰਵਰਿਸ਼ ਵੀ ਇੱਦਾਂ ਹੀ ਸੀ ਵੀ ਨੌਕਰੀ ਕਹਿੰਦੇ ਸੀ ਅਤੇ ਤੁਸੀਂ ਬਿਜ਼ਨਸ ਵਾਲਾ ਡਿਸੀਜ਼ਨ ਆਪ ਲਿਆ ਅਤੇ ਤੁਹਾਡੇ ਫਾਦਰ ਚਾਹੁੰਦੇ ਸੀ ਵੀ ਨਹੀਂ ਮੁੰਡਾ ਆਪਾਂ ਬਿਜ਼ਨਸ 'ਚ ਹੀ ਪਾਉਣਾ ਵਾ? ਮੇਰੇ ਮਦਰ ਚਾਹੁੰਦੇ ਸੀਗੇ ਕਿ ਮੈਂ ਵਕੀਲ ਬਣਾਂ ਜਾਂ ਡਾਕਟਰ ਬਣਾਂ। ਮੇਰੇ ਫਾਦਰ ਸਾਹਿਬ ਉਹ ਆਪਣਾ ਖੁਦ ਦਾ ਹੀ ਬਿਜ਼ਨਸ ਉਹਨਾਂ ਦਾ ਸ਼ੁਰੂ ਤੋਂ ਸੀ ਜਦੋਂ ਦੇ UK ਦੇ ਵਿੱਚ ਸੀਗੇ, ਸਾਡਾ ਕੰਸਟਰਕਸ਼ਨ ਦਾ ਕੰਮ ਆ ਉੱਥੇ। ਅਤੇ ਮੈਂ ਆਪਣੇ ਡੈਡੀ ਦੇ ਨਾਲ ਕਾਫੀ ਕਲੋਜ਼ ਹੁੰਦਾ ਸੀ ਬੱਚੇ ਹੁੰਦਿਆਂ ਤੋਂ ਹੀ, ਜਦੋਂ ਸਕੂਲ ਤੋਂ ਪਹਿਲਾਂ, ਸਕੂਲ ਤੋਂ ਬਾਅਦ ਸਾਡੀ ਆਪ ਦੀ ਬਿਲਡਿੰਗ ਦਾ ਯਾਰਡ ਹੁੰਦਾ ਸੀ ਅਤੇ ਮੈਂ ਉੱਥੇ ਹੀ ਹੁੰਦਾ ਸੀ। ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਜੋਬ ਕਰੂੰਗਾ। ਮੇਰੀ ਬਚਪਨ ਤੋਂ ਹੀ ਮੇਰੀ ਇੱਕ ਉਮੀਦ ਸੀਗੀ ਕਿ ਮੈਂ ਆਪਣਾ ਹੀ ਕੰਮ ਕਰਨਾ, ਪਰ ਮੈਨੂੰ ਮੇਰੇ ਫੈਮਿਲੀ ਵੱਲੋਂ ਕੋਈ ਪ੍ਰੈਸ਼ਰ ਨਹੀਂ ਸੀ ਕਿ ਤੁਸੀਂ ਆਪਣਾ ਹੀ ਕੰਮ ਕਰਨਾ ਜਾਂ ਤੁਸੀਂ ਨੌਕਰੀ ਕਰਨੀ ਆ। ਉਹਨਾਂ ਦਾ ਤਾਂ ਇਹ ਸੀ ਕਿ ਪੜ੍ਹ ਲਿਖ ਕੇ ਕਿਤੇ ਅੱਛੇ ਪੋਜੀਸ਼ਨ 'ਚ ਲੱਗ ਜਾਣ, ਕਿਉਂਕਿ ਹਰ ਇੱਕ ਮਾਪੇ ਇਹੀ ਚਾਹੁੰਦਾ ਕਿ ਉਹਨਾਂ ਦੇ ਬੱਚਿਆਂ ਦਾ ਫਿਊਚਰ ਸਿਕਿਓਰ ਹੋਵੇ। ਬਟ ਮੈਨੂੰ ਖੁਦ ਨੂੰ ਪਤਾ ਸੀਗਾ ਕਿ ਮੈਂ ਸੈਲਫ ਇੰਪਲੋਇਡ ਹੀ ਰੂਟ ਲਊਂਗਾ, ਜਿਹਨੂੰ ਐਂਟਰਪ੍ਰੀਨਰ ਕਹਿੰਦੇ ਹੁੰਦੇ ਆ। ਪਹਿਲਾਂ ਥੋੜ੍ਹਾ ਜਿਹਾ ਤੁਸੀਂ ਇਹਦੇ ਬਾਰੇ ਦੱਸੋ ਵੀ ਜਿਹੜਾ ਤੁਸੀਂ ਜਿਮ ਖੋਲ੍ਹੇ, ਤੁਸੀਂ ਕ੍ਰਿਸ ਕੈਥਨ ਨੂੰ ਕਿੱਦਾਂ ਮਿਲੇ ਅਤੇ ਉਹਨਾਂ ਬਾਰੇ ਵੀ ਦੱਸ ਦਿਓ। ਕਈ ਵਾਰ ਨਹੀਂ ਪਤਾ ਹੁੰਦਾ ਆਪਣੇ ਪੰਜਾਬ 'ਚ ਵੀ ਉਹ ਕੌਣ ਨੇ, ਜਿੱਦਾਂ ਫਿਟਨੈਸ ਇੰਡਸਟਰੀ ਦੇ ਵਿੱਚ ਉਹਨਾਂ ਦਾ ਬਹੁਤ ਬੜਾ ਰੁਤਬਾ ਵਾ, ਬਹੁਤ ਬੜਾ ਨਾਮ ਆ। ਹਾਂਜੀ, ਉਹ ਦੱਸ ਦਿਓ ਵੀ ਉਹਨਾਂ ਨੂੰ ਕਿੱਦਾਂ ਮਿਲੇ ਅਤੇ ਜਿਮ ਖੋਲ੍ਹਣ ਦਾ ਆਈਡੀਆ ਸਾਰਾ ਕੁਛ ਕਿੱਦਾਂ ਬਣਿਆ ਫਿਰ? ਹਾਂਜੀ, ਫਿਟਨੈਸ ਦਾ ਤਾਂ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ, ਪਰ ਇਹ ਮੇਰਾ ਪੇਸ਼ਾ ਨਹੀਂ ਸੀ। ਜਿਮ ਤਾਂ ਅਸੀਂ ਜਾਈਦਾ ਹੁੰਦਾ ਸੀਗਾ, ਜਿੰਨਾ ਕੁ ਸਾਨੂੰ ਪਤਾ ਸੀ ਅਸੀਂ ਉਨਾ ਕੁ ਕਰੀਦਾ ਸੀਗਾ ਜਿਮ 'ਤੇ ਜਾ ਕੇ। ਪਰ 2008 ਦੇ ਵਿੱਚ ਮੇਰਾ ਬਹੁਤ ਸੀਰੀਅਸ ਮੋਟਰਬਾਈਕ ਐਕਸੀਡੈਂਟ ਹੋਇਆ ਸੀ UK ਦੇ ਵਿੱਚ, ਜਿਸ ਤੋਂ ਬਾਅਦ ਡਾਕਟਰਾਂ ਨੇ ਤਾਂ ਮੈਨੂੰ ਇਹੀ ਕਿਹਾ ਸੀਗਾ ਕਿ ਜਿਮ ਦਾ ਤਾਂ ਤੂੰ ਜਾਣ ਕੇ ਦਿਮਾਗ 'ਚੋਂ ਕੱਢ ਹੀ ਦੇ, ਜਿਮ ਨਹੀਂ ਮੁੜ ਕੇ ਚੱਲ। ਦੈਟਸ ਦੀ ਸਕਾਰਸ ਆਨ ਦੀ ਆਰਮ, ਇਹਦੇ ਵਿੱਚ ਜਾਣ ਕੇ ਪੂਰੀ ਮੈਟਲ ਦੀ ਕੰਸਟਰਕਟ ਹੋਈ ਹੈ ਦੁਬਾਰਾ ਤਕਰੀਬਨ, ਜਾਂ ਟਰਮੀਨੇਟਰ ਦੀ ਨਹੀਂ ਹੁੰਦੀ। ਅਤੇ ਬਟ ਇੱਕ ਚੀਜ਼ ਸੀ ਮੇਰੇ ਅੰਦਰ ਕਿ ਡਾਕਟਰ ਹਮੇਸ਼ਾ, ਆਪਾਂ ਤਾਂ ਜੋ ਡਾਕਟਰ ਕਹਿੰਦਾ ਸੀ ਮੰਨ ਲਈਦਾ, ਪਰ ਮੇਰੀ ਇਹ ਗੱਲ ਸੀ ਕਿ ਡਾਕਟਰ ਗਲਤ ਵੀ ਹੋ ਸਕਦੇ ਆ। ਅਤੇ ਮੈਂ ਬਹੁਤ ਰਿਸਰਚ ਕੀਤੀ, ਉਹ ਮੇਰੇ ਲਈ ਬਹੁਤ ਬੁਰਾ ਟਾਈਮ ਸੀ, ਪਰ ਉਸ ਵਕਤ ਮੈਨੂੰ ਕ੍ਰਿਸ ਦੇ ਨਾਲ ਮੇਰੀ ਇੰਟਰੋਡਕਸ਼ਨ ਹੋ ਗਈ ਸੀਗੀ ਔਨਲਾਈਨ। ਮੈਂ ਉਹਨਾਂ ਦੇ ਪਲਾਨ ਫੋਲੋ ਕਰਕੇ ਮੈਂ ਆਲਮੋਸਟ 99% ਰਿਕਵਰੀ ਮੇਰੀ ਹੋ ਗਈ ਸੀਗੀ। ਅਤੇ ਫਿਰ ਮੈਂ ਕ੍ਰਿਸ ਨੂੰ ਮਿਲਣ ਲਈ ਐਕਸੀਬਿਸ਼ਨਸ 'ਤੇ ਜਾਣ ਲੱਗ ਪਿਆ। ਮੈਂ US ਚਲੇ ਗਿਆ ਸੀ, ਕੈਨੇਡਾ, ਯੂਰਪ, ਅਤੇ ਮੇਰੀ ਫਿਰ ਉਹਨਾਂ ਦੇ ਨਾਲ ਫਰੈਂਡਸ਼ਿਪ ਹੋ ਗਈ। ਮੈਂ ਫਿਰ ਇੱਕ ਦਿਨ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਤੁਸੀਂ ਇੰਡੀਆ ਆਉਣਾ ਚਾਹੋਗੇ ਕਿ ਉੱਥੇ ਜਾ ਕੇ ਤੁਹਾਡਾ ਸੈਮੀਨਾਰ ਅਸੀਂ ਫਿਟਨੈਸ ਦੇ ਵਿੱਚ ਜਿਹੜੇ ਲੋਕ ਹੈਗੇ ਉਹਨਾਂ ਨੂੰ ਐਜੂਕੇਟ ਕਰ ਸਕੀਏ, ਅਤੇ ਉਹਨਾਂ ਨੇ ਮੈਨੂੰ ਕਿਹਾ ਹਾਂਜੀ ਜ਼ਰੂਰ ਆਵਾਂਗੇ। ਸੋ ਉੱਥੋਂ ਸਾਡੀ ਸ਼ੁਰੂਆਤ ਸੀਗੀ। ਫਿਰ ਜਦੋਂ ਇੰਡੀਆ ਆਏ ਸੀਗੇ, ਅਸੀਂ ਕਾਫੀ ਸਾਰੇ ਫਿਟਨੈਸ ਪ੍ਰੋਫੈਸ਼ਨਲ ਨੂੰ ਐਜੂਕੇਟ ਵੀ ਕੀਤਾ। ਰਿਤਿਕ ਰੋਸ਼ਨ, ਜੌਨ ਅਬਰਾਹਮ, ਅਰਜਨ ਕਪੂਰ, ਇਹਨਾਂ ਵਰਗੇ ਐਕਟਰਾਂ ਨੂੰ ਅਸੀਂ ਟ੍ਰੇਨ ਵੀ ਕੀਤਾ ਕ੍ਰਿਸ ਦੀ ਗਾਈਡੈਂਸ ਅੰਡਰ। ਅਤੇ ਫਿਰ ਉਸ ਤੋਂ ਬਾਅਦ ਸਾਡਾ ਜਾਣੀ ਕਿ ਵਿਜ਼ੀਬਿਲਿਟੀ ਬਹੁਤ ਜ਼ਿਆਦਾ ਵੱਧ ਗਈ। ਅਤੇ ਫਿਰ ਅਸੀਂ ਸੋਚਿਆ ਕਿ ਇੰਨੇ ਸਾਰੇ ਅਸੀਂ ਫਿਟਨੈਸ ਪ੍ਰੋਫੈਸ਼ਨਲਸ ਨੂੰ ਐਜੂਕੇਸ਼ਨ ਵੀ ਦਿੰਦੇ ਹਾਂ, ਵੀ ਉਹਨਾਂ ਨੂੰ ਇੱਕ ਇੱਦਾਂ ਦੀ ਇਨਵਾਇਰਮੈਂਟ ਵੀ ਦਿੱਤੀ ਜਾਵੇ ਜਿੱਥੇ ਉਹਨਾਂ ਦੀ ਇੱਜ਼ਤ ਹੋਰ ਵੀ ਵਧੇ, ਉਹਨਾਂ ਨੂੰ ਜਾਣੀ ਕਿ ਰੈਕਗਨੀਸ਼ਨ ਮਿਲੇ ਕਿ ਇਹ ਐਜੂਕੇਟਿਡ ਫਿਟਨੈਸ ਪ੍ਰੋਫੈਸ਼ਨਲ ਆ ਅਤੇ ਇਹ ਕਲਾਇੰਟਸ ਨੂੰ ਰਿਜ਼ਲਟ ਦੇ ਸਕਦੇ।
ਕਿਉਂਕਿ ਇੰਡੀਆ ਦੇ ਵਿੱਚ ਮੈਂ ਯਾਨੀ ਕਿ ਅਨਫੋਰਚੁਨੇਟਲੀ ਇੱਕ ਇਹ ਗੱਲ ਆ ਕਿ ਜਿਹੜੇ ਪਰਸਨਲ ਟ੍ਰੇਨਰ ਆਮ ਤੌਰ 'ਤੇ ਜਿੰਮਾਂ 'ਤੇ ਹੁੰਦੇ ਆ ਨਾ, ਉਹਨਾਂ ਨੂੰ ਉਹ ਇੱਜ਼ਤ ਮਿਲਦੀ ਨਹੀਂ ਜਿਹੜੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਆਮ ਤੌਰ 'ਤੇ ਉਹਨਾਂ ਨੂੰ ਐਜ਼ ਅ ਜਿੱਦਾਂ ਨੌਕਰ ਹੁੰਦਾ ਇੱਦਾਂ ਟ੍ਰੀਟ ਕੀਤਾ ਜਾਂਦਾ। ਪਰਸਨਲ ਟ੍ਰੇਨਰ ਕਲਾਇੰਟ ਨੂੰ ਦੱਸਦੇ ਕਿ ਤੁਸੀਂ ਇੱਦਾਂ ਕਰੋ, ਕਲਾਇੰਟ ਉਲਟਾ ਪਰਸਨਲ ਟ੍ਰੇਨਰ ਨੂੰ ਦੱਸ ਦਿੰਦੇ ਕਿ ਜੀ ਅੱਜ ਮੇਰੇ ਕੋਲ ਆਹ ਨਹੀਂ ਹੋਣਾ, ਮੈਂ ਆਹ ਕਰੂੰਗਾ। ਅਤੇ ਜਦੋਂ ਫਿਰ ਰਿਜ਼ਲਟ ਨਹੀਂ ਮਿਲਦੇ, ਦੋਸ਼ ਸਾਰਾ ਪਰਸਨਲ ਟ੍ਰੇਨਰ ਨੂੰ ਮਿਲਦਾ। ਅਤੇ ਪ੍ਰੋਬਲਮ ਇੱਥੇ ਇਹ ਹੈ ਕਿ ਉਹ ਰਿਸਪੈਕਟ ਲੈਵਲ ਨਹੀਂ ਸੀ ਮਿਲ ਰਿਹਾ। ਕ੍ਰਿਸ ਕੈਥਿਨ ਜਿਮਸ ਅਸੀਂ ਤਾਂ ਬਣਾਇਆ ਬ੍ਰਾਂਡ ਕਿ ਇੱਕ ਇਹ ਰਿਸਪੈਕਟ ਲੈਵਲ ਵੀ ਮਿਲੇ ਅਤੇ ਇੱਕ ਫਿਟਨੈਸ ਪ੍ਰੋਫੈਸ਼ਨਲਸ ਨੂੰ ਉਹ ਪਲੈਟਫਾਰਮ ਮਿਲ ਜਾਵੇ ਜਿੱਥੇ ਉਹ ਕਲਾਇੰਟਸ ਨੂੰ ਇੱਕ ਫਿਟਰ ਅਤੇ ਹੈਲਥੀਅਰ ਲਾਈਫ ਸਟਾਈਲ ਨੂੰ ਯਾਨੀ ਕਿ ਪੁਸ਼ ਕਰ ਸਕਣ। ਮੇਰੀ ਨਜ਼ਰ ਦੇ ਵਿੱਚ ਪਰਸਨਲ ਟ੍ਰੇਨਰਸ ਅਤੇ ਡਾਕਟਰ ਇੱਕ ਲੈਵਲ 'ਤੇ ਆ। ਡਾਕਟਰ ਤੁਹਾਡੀ ਬਿਮਾਰੀ ਦਾ ਇਲਾਜ ਕਰਦੇ ਆ, ਪਰਸਨਲ ਟ੍ਰੇਨਰ ਤੁਹਾਨੂੰ ਬਿਮਾਰੀ ਤੋਂ ਬਚਾਉਂਦੇ ਆ। ਅਤੇ ਤੁਹਾਡੀਆਂ ਇੰਡੀਆ ਦੇ ਵਿੱਚ ਕਿੰਨੀਆਂ ਜਿਮਸ ਨੇ ਕ੍ਰਿਸ ਗੈਥਿਨ ਨਾਮ ਤੋਂ ਅਤੇ ਕਿਹੜੀ ਕਿਹੜੀ ਲੋਕੇਸ਼ਨ 'ਤੇ ਨੇ ਅਤੇ ਉਹ ਤੋਂ ਬਿਨਾਂ ਸਿਰਫ ਇੰਡੀਆ 'ਚ ਨੇ ਕਿ ਕਿਸੇ ਹੋਰ ਕੰਟਰੀ ਦੇ ਵਿੱਚ ਵੀ ਖੋਲ੍ਹੀਆਂ ਹੋਈਆਂ ਨੇ? ਐਕਚੁਲੀ ਅਸੀਂ ਪਹਿਲਾਂ UK ਖੋਲ੍ਹਣੀਆਂ ਸੀਗੀਆਂ, ਬਟ ਜਦੋਂ ਅਸੀਂ ਪਲਾਨ ਬਣਾਇਆ ਸੀਗਾ ਨਿਊਜ਼ ਦੇ ਵਿੱਚ ਲੀਕ ਹੋ ਗਈ ਸੀ ਗੱਲ, ਅਤੇ ਸਾਨੂੰ ਇਨਕੁਆਇਰੀਜ਼ ਇੰਡੀਆ ਤੋਂ ਸਭ ਤੋਂ ਜ਼ਿਆਦਾ ਆਈਆਂ ਸੀਗੀਆਂ। ਸੋ ਇਸ ਕਰਕੇ ਅਸੀਂ ਇੰਡੀਆ ਸਟਾਰਟ ਕੀਤਾ। ਆਪਣੇ ਲੋਕੇਸ਼ਨਸ ਤਕਰੀਬਨ ਆਲਮੋਸਟ ਆਲ ਓਵਰ ਇੰਡੀਆ ਹੁਣ ਆ ਗਏ ਆ, ਅਤੇ ਤਕਰੀਬਨ 16 ਲੋਕੇਸ਼ਨ ਅਸੀਂ ਹੋਰ ਇਸ ਸਾਲ ਪਲਾਨ ਕੀਤੇ ਹੋਏ ਆ। ਗੁਰਗਾਓਂ ਖੁੱਲ੍ਹਣ ਲੱਗਾ, ਕੋਲਕਾਤਾ, ਬੈਂਗਲੋਰ, ਹੈਦਰਾਬਾਦ, ਮੁੰਬਈ, ਰਾਏਪੁਰ, ਮੋਹਾਲੀ, ਜਲੰਧਰ, ਹੋਰ ਬਹੁਤ ਸਾਰੇ ਲੋਕੇਸ਼ਨ ਪਿੰਪੋਇੰਟ ਕੀਤੇ ਆ। ਅਤੇ ਇਸ ਸਾਲ ਦੀ ਐਂਡ 'ਤੇ ਅਸੀਂ UK ਅਤੇ ਕੈਨੇਡਾ ਵੀ ਪਲਾਨ ਕਰ ਰਹੇ ਹਾਂ। ਅਤੇ ਹੁਣ ਜੀ ਭਾਅ ਜੀ ਵਰਕਆਊਟ ਕਰਕੇ ਹਟੇ ਸੀਗੇ, ਅਸੀਂ ਵੀ ਦੂਰੋਂ ਆਏ ਹਾਂ, ਕੁਛ ਖਾਣ ਪੀਣ ਚੱਲਦੇ ਹਾਂ ਅਤੇ ਬਾਕੀ ਗੱਲਾਂ ਆਪਾਂ ਕਾਰ ਦੇ ਵਿੱਚ ਅਤੇ ਉੱਥੇ ਪਹੁੰਚ ਕੇ ਕਰਦੇ ਹਾਂ। ਅਸੀਂ ਹੁਣ ਜਾ ਰਹੇ ਹਾਂ ਕਿਤੇ ਖਾਣ, ਚੰਡੀਗੜ੍ਹ ਦੇ ਵਿੱਚ ਯੋਗਲੈਂਡ ਨਾਮ ਦੀ ਜਗ੍ਹਾ ਵਾ। ਅਤੇ ਭਾਅ ਜੀ ਜਿੱਦਾਂ ਅਸੀਂ ਟਰੈਵਲਿੰਗ ਕਰਕੇ ਆਏ ਹਾਂ ਨਾ, ਅੱਜ ਟਰੈਵਲ ਕਰਕੇ ਆਏ ਹਾਂ 2 ਘੰਟੇ ਚੰਡੀਗੜ੍ਹ ਨੂੰ, ਸਾਡੀ ਐਨਰਜੀ ਬਹੁਤ ਘੱਟ ਗਈ, ਐਨਰਜੀ ਬਹੁਤ ਲੋ ਹੋ ਗਈ। ਘਰੋਂ ਅਸੀਂ ਬੜੀ ਐਨਰਜੀ ਨਾਲ ਚੱਲੇ ਸੀ। ਅਤੇ ਤੁਹਾਡਾ ਲਾਈਫ ਸਟਾਈਲ ਦੇਖਿਆ, ਤੁਹਾਡਾ ਇੰਸਟਾਗ੍ਰਾਮ ਦੇਖਿਆ ਮੈਂ, ਅਤੇ ਉਹਦੇ ਵਿੱਚ ਤੁਸੀਂ ਕਦੇ ਕਿਹੜੀ ਸਿਟੀ ਹੁੰਦੇ ਹੋ, ਕਦੇ ਕਿਹੜੀ ਸਿਟੀ ਹੁੰਦੇ ਹੋ, ਅਤੇ ਕਿੰਨੇ ਕੁ ਘੰਟੇ ਸੌਂਦੇ ਹੋ, ਅਤੇ ਉਹ ਐਨਰਜੀ ਕਿੱਦਾਂ ਆਉਂਦੀ ਆ, ਜਿਹੜੀ ਐਨਰਜੀ ਲੈਵਲ ਹੁੰਦਾ ਵਾ? ਹਾਂਜੀ, ਐਨਰਜੀ ਲੈਵਲ ਤਾਂ ਦੇਖੋ ਖੁਦ ਨੂੰ ਮੋਟੀਵੇਟ ਕਰਨਾ ਪੈਂਦਾ ਕਿ ਅਸੀਂ ਕਿਹੜੇ ਮਕਸਦ ਲਈ ਕੀ ਕਰ ਰਹੇ ਹਾਂ ਰੋਜ਼। ਸੋ ਮੇਰਾ ਜਿਹੜਾ ਕੰਮ ਹੈਗਾ, ਮੈਨੂੰ ਮੇਰੇ ਕੰਮ ਤੋਂ ਇੰਨੀ ਜ਼ਿਆਦਾ ਸੈਟਿਸਫੈਕਸ਼ਨ ਮਿਲਦੀ ਹੈ, ਸੋ ਉਸ ਬਾਰੇ ਸੋਚ ਕੇ ਹੀ ਮੈਨੂੰ ਸਵੇਰ ਨੂੰ ਇੰਨੀ ਐਨਰਜੀ ਆ ਜਾਂਦੀ ਹੈ ਕਿ ਅੱਜ ਮੈਂ ਆਹ ਕੰਮ ਕੰਪਲੀਟ ਕਰਨਾ ਹੈ। ਬਸ ਜਦੋਂ ਤੁਸੀਂ ਟੀਮਸ ਬਣਾਉਂਦੇ, ਵੱਖ ਵੱਖ ਸਿਟੀ ਦੇ ਵਿੱਚ ਮੇਰੇ ਸਾਰੇ ਪਾਸੇ ਟੀਮਸ ਹੁੰਦੀਆਂ, ਉਹ ਟੀਮ ਨੂੰ ਮੋਟੀਵੇਟ ਕਰਨ ਲਈ ਮੈਨੂੰ ਇੱਕ ਲੈਵਲ ਐਨਰਜੀ ਦਾ ਆਪਣਾ ਖੁਦ ਦਾ ਵੀ ਰੱਖਣਾ ਪੈਂਦਾ। ਸੌਣ ਦੀ ਤੁਸੀਂ ਗੱਲ ਕਰਦੇ ਆ, ਮੈਂ ਐਕਚੁਲੀ ਕਈ ਵਾਰੀ 3 ਘੰਟੇ, ਕਈ ਵਾਰੀ ਤਾਂ ਸਿਰਫ 2 ਘੰਟੇ, ਆਮ ਤੌਰ 'ਤੇ ਮੇਰੀ 4 ਜਾਂ 5 ਘੰਟੇ ਦੀ ਨੀਂਦ ਹੁੰਦੀ ਹੈ। ਬਟ ਮੇਰੀ ਫੋਕਸ ਇਹ ਹੁੰਦੀ ਹੈ ਕਿ ਜਿਹੜੀ ਜਿੰਨੇ ਵੀ ਘੰਟੇ ਦੀ ਵੀ ਨੀਂਦ ਹੈਗੀ ਆ, ਉਹ ਵਧੀਆ ਕੁਆਲਿਟੀ ਦੀ ਨੀਂਦ ਹੋਵੇ। ਕਈ ਲੋਕ 8 ਘੰਟੇ ਵੀ ਸੌ ਲੈਂਦੇ, ਉਹ ਕੁਆਲਿਟੀ ਨਹੀਂ ਅੱਛੀ ਹੁੰਦੀ। ਸੋ ਮੈਂ ਆਪਣੀ ਡਾਇਟ, ਆਪਣੀ ਐਕਸਰਸਾਈਜ਼, ਉਹਨੂੰ ਮੈਂ ਪ੍ਰਾਇੋਰਟੀ ਦਿੰਦਾ, ਉਹਦੇ ਨਾਲ ਫਿਰ ਮੇਰੀ ਰਿਕਵਰੀ ਅੱਛੀ ਹੁੰਦੀ ਹੈ। ਜੇ ਕਈ ਵਾਰ ਬੰਦੇ ਦੀ ਹੈਬਿਟਸ ਹੁੰਦੇ ਆ, ਕੋਈ ਪੰਕਚੁਅਲ ਹੁੰਦਾ, ਤੁਹਾਡੀ ਇੱਕ ਹੈਬਿਟ ਜਿਹੜੀ ਤੁਸੀਂ ਕਹਿੰਦੇ ਹੋ ਵੀ ਜਿਹੜਾ ਤੁਹਾਡਾ ਸਕਸੈਸ ਆ ਉਹਦੇ ਪਿੱਛੇ ਸਭ ਤੋਂ ਵੱਡਾ ਹੱਥ ਆ, ਤਾਂ ਇੱਕ ਹੈਬਿਟ ਕਿਹੜੀ ਹੋਊਗੀ ਵੀ ਤੁਹਾਨੂੰ ਉਹ ਹੈਬਿਟ ਨੇ ਬਹੁਤ ਹੀ ਜ਼ਿਆਦਾ ਇੰਪਰੂਵ ਕੀਤਾ? ਡਿਸਿਪਲਿਨ। ਡਿਸਿਪਲਿਨ ਕਈ ਵਾਰੀ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਕਿ ਮੈਂ ਮੋਟੀਵੇਟਿਡ ਹੈਗਾ ਹਾਂ ਅਤੇ ਹਰ ਵਕਤ ਮੋਟੀਵੇਟਿਡ ਰਹਿੰਦੇ ਹਾਂ, ਪਰ ਕਈ ਵਾਰੀ ਐਨਰਜੀ ਲੈਵਲ ਮੇਰਾ ਵੀ ਡਾਊਨ ਹੋ ਜਾਂਦਾ। ਅੱਛਾ ਜੀ। ਪਰ ਉਸ ਵਕਤ ਡਿਸਿਪਲਿਨ ਦਾ ਇਸਤੇਮਾਲ ਕਰਨਾ ਪੈਂਦਾ, ਕਿਉਂਕਿ ਜ਼ਰੂਰੀ ਨਹੀਂ ਕਿ ਹਰੇਕ ਸਵੇਰ ਨੂੰ ਉੱਠ ਕੇ ਤੁਸੀਂ ਕਹੋ ਕਿ ਅੱਜ ਮੇਰਾ ਜੀ ਐਨਰਜੀ ਲੈਵਲ ਇੰਨਾ ਹੈ, ਅਸੀਂ ਆਹ ਵੀ ਕੰਮ ਕਰਨੇ, ਆਹ ਵੀ ਕਰਨੇ ਆ। ਕਈ ਵਾਰੀ ਬੰਦਾ ਸਵੇਰ ਨੂੰ ਉੱਠ ਕੇ ਨਾ, ਅੱਜ ਮੇਰੇ ਕੋਲ ਥੱਕ ਹੋਇਆ, ਅੱਜ ਰੈਸਟ ਕਰਨ ਨੂੰ ਜੀ ਕਰਦਾ, ਉਸ ਵਕਤ ਡਿਸਿਪਲਿਨ ਜਿਹੜਾ ਹੈ ਨਾ ਕੰਮ ਆਉਂਦਾ, ਅਤੇ ਇਸ ਚੀਜ਼ ਨੂੰ ਮੈਂ ਬਹੁਤ ਸੀਰੀਅਸਲੀ ਲੈਂਦਾ। ਫਿਟਨੈਸ ਇੰਡਸਟਰੀ ਦੇ ਵਿੱਚ ਜਿੱਦਾਂ ਅੱਜ ਕੱਲ੍ਹ ਇੰਡੀਆ ਦੇ ਵਿੱਚ ਕਾਫੀ ਲੋਕਾਂ ਨੂੰ ਅਵੇਅਰਨੈਸ ਹੋ ਗਈ ਫਿਟਨੈਸ ਦੀ, ਪਰ ਹਾਲੇ ਵੀ ਕਈ ਜਗ੍ਹਾ ਦੇ ਵਿੱਚ ਮੁੰਡੇ ਸਟੀਰੋਇਡ ਲਈ ਜਾਂਦੇ ਆ। ਚਲੋ ਇੱਕ ਜਗ੍ਹਾ 'ਤੇ ਆ ਕੇ ਤਾਂ ਮੰਨੇ ਆ, ਜੇ ਉਹਨਾਂ ਨੇ ਗੇਮ ਕਰਨੀ ਆ, ਕੁਛ ਕਰਨਾ, ਕਿਸੇ ਲੈਵਲ ਦੇ ਉੱਤੇ ਕੰਪੀਟ ਕਰਨਾ, ਮੇ ਬੀ ਉਹ ਇੱਕ ਤਰੀਕੇ ਦੀ ਰਿਕੁਆਇਰਮੈਂਟ ਬਣ ਜਾਂਦੀ ਆ। ਪਰ ਕਈ ਇੱਦਾਂ ਹੀ ਮੇਰੇ ਵਰਗੇ ਜਿਹਨੇ ਕੁਛ ਕਰਨਾ ਹੀ ਨਹੀਂ ਹੈਗਾ ਖਾਸ ਫਿਟਨੈਸ ਇੰਡਸਟਰੀ ਦੇ ਵਿੱਚ, ਉਹ ਵੀ ਸਟੀਰੋਇਡ ਲਈ ਜਾਂਦੇ ਆ, ਉਹ ਵੀ ਡੈਕਾ ਲਈ ਜਾਂਦੇ ਆ, ਐਨਾਬੋਲਿਕ ਲਈ ਜਾਂਦੇ ਆ, ਤਾਂ ਉਹਨਾਂ ਨੂੰ ਟ੍ਰੇਨਰਸ ਕਹਿੰਦੇ ਵੀ ਇਹ ਲੈ ਲਓ, ਇਹਦੇ ਨਾਲ ਛੇਤੀ ਰਿਜ਼ਲਟ ਆ ਜਾਂਦੇ ਆ। ਤਾਂ ਤੁਸੀਂ ਦੱਸੋ ਵੀ ਕੋਈ ਸ਼ਾਰਟਕੱਟ ਹੈਗਾ ਫਿਟਨੈਸ ਦੇ ਵਿੱਚ? ਮੈਂ ਕਹਾਂ ਵੀ ਹਾਂ, ਮੇਰੇ ਤਾਂ ਕੱਲ੍ਹ ਨੂੰ ਹੀ ਐਬਸ ਆ ਜਾਣ, 2 ਵੀਕ ਤੱਕ ਐਬਸ ਆ ਜਾਣ, ਉਹਦਾ ਕੋਈ ਸ਼ਾਰਟਕੱਟ ਹੈਗਾ? ਅਤੇ ਜੇ ਸਟੀਰੋਇਡ ਕੋਈ ਲੈਂਦਾ ਤਾਂ ਉਹਦਾ ਇਨ ਫਿਊਚਰ ਨੁਕਸਾਨ ਕਿੰਨਾ ਕੁ ਹੁੰਦਾ? ਦੇਖੋ ਇਹ ਗੱਲਾਂ ਦੇ ਵਿੱਚੋਂ ਇੱਕ ਜਵਾਬ, ਤੁਸੀਂ ਤੁਹਾਡੇ ਸਵਾਲ ਦੇ ਵਿੱਚ ਇੱਕ ਜਵਾਬ ਹੈਗਾ, ਉਹ ਹੈਗਾ ਸਬਰ। ਠੀਕ ਹੈ ਨਾ, ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਛੇਤੀ ਮਿਲ ਜਾਂਦੀ ਹੈ ਨਾ, ਉਹ ਹੱਥੋਂ ਵੀ ਛੇਤੀ ਹੀ ਨਿਕਲਦੀ ਹੁੰਦੀ ਆ। ਠੀਕ ਹੈ ਨਾ, ਜਿਹੜੀ ਚੀਜ਼ ਨੂੰ ਤੁਸੀਂ ਲਾਈਫ ਲੌਂਗ ਰੱਖਣਾ ਚਾਹੁੰਦੇ ਹੋ ਨਾ, ਉਹਦੇ ਲਈ ਕੰਮ ਕਰਕੇ ਉਹਦੇ ਲਈ ਸਬਰ ਰੱਖਣਾ ਚਾਹੀਦਾ ਤੁਹਾਨੂੰ। ਹੁਣ ਇਸ ਇੰਡਸਟਰੀ ਦੇ ਵਿੱਚ ਕੁਛ ਟ੍ਰੇਨਰ ਹੈਗੇ ਆ, ਕੁਛ ਫਿਟਨੈਸ ਪ੍ਰੋਫੈਸ਼ਨਲ ਹੈਗੇ ਜਿਨ੍ਹਾਂ ਨੇ ਸਿਰਫ ਬਿਜ਼ਨਸ ਬਣਾਇਆ, ਇਸ ਚੀਜ਼ ਦਾ ਪੈਸ਼ਨ ਹੈ ਨਹੀਂਗਾ,
ਕੋਈ ਆਉਂਦਾ ਆ ਉਹਨਾਂ ਨੂੰ ਕਹਿੰਦੇ ਕਿ ਦੇਖੋ ਜੀ ਤੁਹਾਨੂੰ ਬਹੁਤ ਸ਼ੋਰਟਕੱਟ ਦੇ ਵਿੱਚ ਰਿਜ਼ਲਟ ਮਿਲ ਸਕਦਾ, ਤੁਸੀਂ ਆਹ ਗੋਲੀ ਖਾ ਲਓ ਜਾਂ ਤੁਸੀਂ ਟੀਕਾ ਲਾ ਲਓ। ਹੁਣ ਜਿਹਨੇ ਕੋਈ ਗੇਮ ਨਹੀਂ ਕਰਨੀ, ਜਿਹਦਾ ਕੋਈ ਫਿਊਚਰ ਨਹੀਂ ਹੈਗਾ ਸਟੀਰੋਇਡ ਲਾ ਕੇ, ਵੈਸੇ ਵੀ ਮੈਂ ਸਟੀਰੋਇਡ ਦੇ ਅਗੇਂਸਟ ਹਾਂ, ਉਹ ਵੀ ਮੈਂ ਤੁਹਾਨੂੰ ਦੱਸਦਾ, ਤੁਸੀਂ ਕਿਸ ਤਰ੍ਹਾਂ ਕਿਸੇ ਨੂੰ ਇਹ ਰਿਕਮੈਂਡ ਕਰ ਸਕਦੇ ਹੋ। 18-18 ਸਾਲ ਦੇ ਮੁੰਡੇ ਆ ਜਿਨ੍ਹਾਂ ਦਾ ਨੈਚੁਰਲ ਟੈਸਟੋਸਟੇਰੋਨ ਪ੍ਰੋਡਕਸ਼ਨ ਬਿਲਕੁਲ ਬੰਦ ਹੋ ਗਿਆ, ਉਹਨਾਂ ਦਾ ਸਰੀਰ ਜਿਹੜਾ ਆ ਉਹ ਇੱਦਾਂ ਦਾ ਬਣ ਚੁੱਕਿਆ ਕਿ ਉਹ 40-50 ਸਾਲ ਦੇ ਬੰਦੇ ਦੇ ਨਾਲੋਂ ਵੀ ਜ਼ਿਆਦਾ ਜਾਣੀ ਕਿ ਵੀਕ ਹੋ ਚੁੱਕਿਆ, ਕਿਉਂਕਿ ਉਹਨਾਂ ਨੇ ਅਬਿਊਜ਼ ਕੀਤਾ ਆਪਣਾ ਸਰੀਰ। ਸੋ ਨਸ਼ੇ ਜਦੋਂ ਆਪਾਂ ਗੱਲ ਕਰਦੇ ਹੁੰਦੇ ਹਾਂ ਨਾ, ਲੋਕ ਸੋਚਦੇ ਕਿ ਨਸ਼ੇ ਸ਼ਰਾਬ ਜਾਂ ਦੂਸਰੇ ਡਰੱਗ, ਉਹਨਾਂ ਨੂੰ ਨਸ਼ੇ ਕਹਿੰਦੇ ਆ। ਸਟੀਰੋਇਡ ਵੀ ਇੱਕ ਨਸ਼ਾ ਹੈ, ਕਿਉਂਕਿ ਜਦੋਂ ਸ਼ੁਰੂ ਕਰਦੇ ਹਾਂ ਨਾ ਫਿਰ ਬੰਦ ਵੀ ਨਹੀਂ ਹੁੰਦਾ। ਸੋ ਮੇਰੀ ਸਲਾਹ ਤਾਂ ਸਾਰਿਆਂ ਨੂੰ ਪਹਿਲਾਂ ਇਹ ਹੈ ਕਿ ਸ਼ੋਰਟਕੱਟ ਕੋਈ ਨਹੀਂ ਹੈਗਾ, ਤੁਸੀਂ ਫਿਟਨੈਸ ਨੂੰ ਇੱਕ ਲਾਈਫ ਸਟਾਈਲ ਬਣਾਓ ਜਿਹੜਾ ਤੁਸੀਂ ਲੌਂਗ ਟਰਮ ਤੁਸੀਂ ਰੱਖੋਗੇ, ਅਤੇ ਜਦੋਂ ਤੁਸੀਂ ਨੈਚੁਰਲੀ ਨੂੰ ਇੰਪਰੂਵ ਕਰੋਗੇ, ਐਕਸਰਸਾਈਜ਼ ਨੂੰ ਇੰਪਰੂਵ ਕਰੋਗੇ, ਸਹੀ ਗਾਈਡੈਂਸ ਲਉਂਗੇ, ਲਾਈਫ ਲੌਂਗ ਤੁਸੀਂ ਉਹ ਰਿਜ਼ਲਟਸ ਰੱਖ ਸਕੋਗੇ। ਹੁਣ ਜਿਵੇਂ ਮੇਰਾ ਵਿਆਹ ਸੀਗਾ ਨਾ, ਤਾਂ ਮੈਂ ਘਰ ਆਇਆ ਸੀਗਾ ਤਾਂ ਹਰੇਕ ਹੀ ਰਿਸ਼ਤੇਦਾਰ ਮਾਂਜਾ ਲੈ ਕੇ ਆ ਜਾਂਦਾ ਸੀ। ਮਾਂਜੇ ਦੇ ਵਿੱਚ ਕੀ ਹੁੰਦਾ, ਪੰਜੀਰੀ, ਦੁੱਧ, ਘਿਓ ਪੂਰਾ ਘਰ ਦੇ ਰੋਜ਼ ਪਾਉਂਦੇ ਆ, ਕਹਿੰਦੇ ਆ ਤੇਰਾ ਵਿਆਹ ਵਾ ਇਹਦੇ ਨਾਲ ਤਾਂ ਤਕੜਾ ਹੁੰਦਾ ਘਿਓ ਨਾਲ। ਕੀ ਇਹ ਸਹੀ ਚੀਜ਼ ਆ ਵੀ ਇੰਨਾ ਜ਼ਿਆਦਾ ਘਿਓ ਰੋਜ਼ ਪਰੌਂਠਿਆਂ 'ਤੇ, ਇੰਨੀ ਮੱਖਣੀ, ਇੰਨੀ ਲੱਸੀ? ਜੇ ਮੈਂ ਘਰਦਿਆਂ ਨੂੰ ਕਹਾਂ ਮੈਂ ਘੱਟ ਕਰ ਦੂੰ, ਕਹਿੰਦੇ ਲੈ ਹੁਣ ਤਾਂ ਤੂੰ ਜਵਾਨ ਆ, ਕਹਿੰਦੇ ਹੁਣ ਤਾਂ ਤੇਰੇ ਤਕੜੇ ਹੋਣ ਦੇ ਟਾਈਮ ਆ। ਵੀ ਇਹ ਕਿੱਡੀ ਕੁ ਬੜੀ ਮਿੱਥ ਹੈ, ਦੱਸੋ ਵੀ ਦੁੱਧ ਕਿਉਂ, ਕਿਉਂਕਿ ਹੁਣ ਆਪਣਾ ਲਾਈਫ ਸਟਾਈਲ ਵੀ ਤਾਂ ਦੇਖੋ ਕਿੰਨਾ ਚੇਂਜ ਹੋ ਗਿਆ, ਅਸੀਂ ਗੱਡੀ 'ਚ ਹੀ ਆਏ ਹਾਂ, ਗੱਡੀ 'ਚ ਹੀ ਹੁਣ ਆਪਾਂ ਜਾ ਰਹੇ ਹਾਂ ਅਤੇ ਗੱਡੀ 'ਚ ਹੀ ਵਾਪਸ ਜਾਣਾ, ਕੋਈ ਫਿਜ਼ੀਕਲ ਵਰਕ ਤਾਂ ਕੀਤਾ ਨਹੀਂ ਆਪਾਂ। ਦੇਖੋ ਇਹਦਾ ਇੱਕ ਸਿੰਪਲ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਇਹ ਤਾਂ ਉਹ ਹਿਸਾਬ ਹੋ ਗਿਆ ਕਿ ਤੁਸੀਂ ਪੈਟਰੋਲ ਵਾਲੀ ਗੱਡੀ ਦੇ ਵਿੱਚ ਡੀਜ਼ਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਫੇਰ ਕਹਿੰਦੇ ਚੱਲਦੀ ਕਿਉਂ ਨਹੀਂ, ਠੀਕ ਹੈ ਨਾ। ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਆਪਣੇ ਦਾਦੇ ਪੜਦਾਦੇ ਹੁੰਦੇ ਸੀ ਨਾ, ਉਹ ਸਾਰਾ ਕੰਮ ਉਹਨਾਂ ਦਾ ਫਿਜ਼ੀਕਲ ਹੁੰਦਾ ਸੀਗਾ, ਜੇ ਖੂਹ ਨੂੰ ਜਾਣਾ ਤੁਰ ਕੇ ਜਾਂ ਸਾਈਕਲ 'ਤੇ, ਜੇ ਕਿਤੇ ਜਾਣਾ ਤੁਰ ਕੇ ਜਾਂ ਸਾਈਕਲ 'ਤੇ, ਗੱਡੀਆਂ ਦੇ ਵਿੱਚ ਕਿਤੇ ਕਿਤੇ ਜਾਣਾ, ਹਰ ਇੱਕ ਕੰਮ ਫਿਜ਼ੀਕਲ ਹੁੰਦਾ ਸੀਗਾ। ਤਾਂ ਉਹਨਾਂ ਦੀ ਲਾਈਫ ਵੀ ਜ਼ਿਆਦਾ ਲੰਬੀ ਹੁੰਦੀ ਸੀ, 90 ਸਾਲ ਦੇ 100 ਸਾਲ ਤੋਂ ਟੱਪ ਜਾਂਦੇ ਹੁੰਦੇ ਸੀਗੇ। ਅੱਜ ਕੱਲ੍ਹ ਦੇ ਜਿਹੜੇ ਜਨਰੇਸ਼ਨ ਆ ਉਹ ਤਾਂ ਜੇ 60-70 ਸਾਲ ਤੱਕ ਪਹੁੰਚ ਜਾਓ ਉਹ ਵੱਡੀ ਗੱਲ ਹੋ ਜਾਂਦੀ ਹੈ। ਪਲੱਸ ਦੂਸਰੀ ਚੀਜ਼ ਆ ਕਿ ਉਹਨਾਂ ਟਾਈਮਾਂ ਦੇ ਵਿੱਚ ਉਹ ਫਿਜ਼ੀਕਲ ਐਕਟੀਵਿਟੀ ਕਰਕੇ ਉਹ ਖਾਣੇ ਪਚਦੇ ਸੀਗੇ। ਦੂਸਰੀ ਗੱਲ ਹੈ ਕਿ ਅੱਜ ਕੱਲ੍ਹ ਉਹ ਖਾਣੇ ਵੀ ਜਿਹੜੇ ਹੈਗੇ ਆ ਜਿਹਨਾਂ ਨੂੰ ਘੇ, ਮੱਖਣ, ਤੁਸੀਂ ਆਹ ਜਿਹੜੀਆਂ ਬਹੁਤ ਡੈਂਸ ਜਿਹਨੂੰ ਕਹਿ ਦਿੰਦੇ ਆ ਫੂਡਸ ਹੈਗੇ, ਉਹਨਾਂ ਦੇ ਵਿੱਚ ਖਾਦਾਂ, ਹੋਰ ਕਈ ਤਰ੍ਹਾਂ ਦੇ ਕੈਮੀਕਲ, ਉਹ ਤਾਂ ਵੈਸੇ ਹੀ ਨਹੀਂ ਪਚਣੇ ਹੈਗੇ। ਹੁਣ ਤੁਸੀਂ ਜਿਹੜਾ ਬੰਦਾ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਕਰਦਾ ਤਾਂ ਤੁਸੀਂ ਉਹਨੂੰ ਪਰੌਂਠੇ ਦੇ ਉੱਤੇ ਇੰਨਾ ਸਾਰਾ ਮੱਖਣ ਦੇ ਦੋਗੇ, ਉਹ ਤਾਂ ਮੈਨੂੰ ਲੱਗਦਾ ਪੂਰੀ ਦਿਹਾੜੀ ਜੇ ਲੰਘ ਜਾਣੀ ਉਹ ਫੇਵ ਨਹੀਂ ਪਚਣਾ ਉਹਨਾਂ ਨੂੰ। ਸੋ ਇਹ ਮਿੱਥ ਆ, ਬਿਲਕੁਲ ਨਹੀਂ ਇੱਦਾਂ ਦੀ ਕੋਈ ਗੱਲ ਹੈਗੀ। ਅੱਜ ਕੱਲ੍ਹ ਦਾ ਟਾਈਮ ਦੇ ਵਿੱਚ ਤੁਹਾਨੂੰ ਟਾਈਮ ਦੇ ਨਾਲ ਹੀ ਆਪਣੀ ਖੁਰਾਕ ਚੇਂਜ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਬਹੁਤ ਸਾਰੇ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਖਾਣਿਆਂ ਕਰਕੇ ਸ਼ੁਰੂ ਹੋਈਆਂ। ਸੋ ਉਹ ਬਿਲਕੁਲ ਮਿੱਥ ਆ, ਮੈਂ ਉਸ ਚੀਜ਼ ਨੂੰ ਨਹੀਂ ਮੰਨਦਾ। ਤੁਹਾਡਾ ਵਿਆਹ ਸੀਗਾ ਤਾਂ ਤੁਸੀਂ ਮੈਨੂੰ ਲੱਗਦਾ ਖੁਸ਼ੀ ਦੇ ਵਿੱਚ ਥੋੜ੍ਹਾ ਜਿਹਾ ਐਕਸਟਰਾ ਖਾ ਸਕਦੇ ਆ, ਚਲੋ ਅਲਾਓ, ਪਰ ਜੇ ਤੁਸੀਂ ਐਕਸਟਰਾ ਖਾ ਵੀ ਲਿਆ ਤਾਂ ਤੁਸੀਂ ਉਹਨੂੰ ਕਾਊਂਟਰ ਕਰੋ ਐਕਸਰਸਾਈਜ਼ ਕਰਕੇ। ਸੁਣ ਲਓ ਮੰਮੀ, ਤੁਹਾਨੂੰ ਮੈਂ ਕਹਿਣਾ ਇੰਨਾ ਉਹ ਨਾ ਪਾਓ। ਤੁਸੀਂ ਜਿੱਦਾਂ ਪੰਜਾਬੀ ਬਹੁਤ ਵਧੀਆ ਬੋਲਦੇ ਹੋ, ਜੰਮੇ ਪਲੇ ਤੁਸੀਂ UK ਦੇ ਹੋ, ਅਤੇ ਕਿਵੇਂ ਪੰਜਾਬੀ ਇੰਨੀ ਵਧੀਆ ਕਿਵੇਂ ਆਈ ਤੁਹਾਨੂੰ? ਕਿਉਂਕਿ ਕਈਆਂ ਦੀ ਇੰਗਲਿਸ਼ ਓਬਵੀਅਸਲੀ ਨਿਕਲ ਆਉਂਦੀ, ਜਿਵੇਂ ਮੇਰੇ ਕਜ਼ਨ ਨੇ ਹੈ ਨਾ, ਪਰ ਜਦੋਂ ਤੁਸੀਂ ਪੰਜਾਬੀ ਬੋਲਦਾ ਤਾਂ ਮੋਸਟਲੀ ਪੰਜਾਬੀ ਬੋਲਦੇ ਹੋ। ਜਿੱਦਾਂ UK ਦੇ ਵਿੱਚ ਜਿਹੜੇ ਨਾ ਕਈ ਪੰਜਾਬੀ ਮੂਵੀ ਦੇ ਵਿੱਚ ਮਜ਼ਾਕ ਬਣਾਇਆ ਹੁੰਦਾ ਨਾ, ਉਹ ਕਿੱਦਾਂ ਕਿੱਦਾਂ ਕਰਦੇ, ਉਹ ਐਡਾ ਬੋਲਦੇ ਹੁੰਦੇ ਕਿ ਸਾਨੂੰ ਐਡਾ ਨਾ ਹੁੰਦੀ ਆ ਪੰਜਾਬੀ। ਐਕਚੁਲੀ ਸਾਡੇ ਘਰੇ ਰੂਲ ਬਣਿਆ ਸੀ ਸ਼ੁਰੂ ਤੋਂ ਹੀ UK ਦੇ ਵਿੱਚ ਕਿ ਘਰੇ ਪੰਜਾਬੀ ਹੀ ਬੋਲਣੀ ਆ, ਇੰਗਲਿਸ਼ ਨਹੀਂ ਬੋਲਣੀ। ਸੋ ਉਸ ਤੋਂ ਸ਼ੁਰੂ ਹੋਏ ਸੀਗੇ, ਪਲੱਸ ਮੈਂ ਇਸ ਨੂੰ ਆਪਣਾ ਗਹਿਣਾ ਸਮਝਦਾ, ਮੈਂ ਪ੍ਰਾਊਡ ਹੋ ਕੇ ਬੋਲਦਾ ਪੰਜਾਬੀ। ਇੰਡੀਆ ਮੈਂ ਹੁਣ ਬਹੁਤ ਸਾਰੇ ਜਾਣੀ ਕਿ ਡਿਸਟ੍ਰਿਕਟਾਂ 'ਚ ਜਾਂਦਾ ਹੁੰਦਾ, ਸਾਊਥ ਇੰਡੀਆ ਸਾਰੇ ਪਾਸੇ, ਅਤੇ ਜਿੰਨਾ ਚਿਰ ਮੈਂ ਪੰਜਾਬੀ ਨਹੀਂ ਬੋਲਦਾ ਮੈਨੂੰ ਉਹ ਜਾਣੀ ਕਿ ਓਪਨਨੈਸ ਜਿਹੀ ਨਹੀਂ ਫੀਲ ਹੁੰਦੀ। ਜਦੋਂ ਫਿਰ ਮੈਂ ਪੰਜਾਬ ਆਉਂਦਾ ਹੁੰਦਾ ਮੈਨੂੰ ਬੜਾ ਵਧੀਆ ਲੱਗਦਾ, ਕਿਉਂਕਿ ਇੱਥੇ ਮੈਂ ਪੰਜਾਬੀ ਹੀ ਬੋਲਦਾ। ਸੋ ਉਹ ਆਪਣਾ ਗਹਿਣਾ ਆ, ਆਪਾਂ ਨੂੰ ਪ੍ਰਾਊਡ ਹੋਣਾ ਚਾਹੀਦਾ ਇਸ ਚੀਜ਼ ਦੇ ਉੱਤੇ, ਅਤੇ ਨਹੀਂ ਤਾਂ ਜੇ ਆਪਾਂ ਨਹੀਂ ਬੋਲਾਂਗੇ ਆਪਣੀ ਜ਼ਬਾਨ ਇਹ ਕਿਤੇ ਨਾ ਕਿਤੇ ਜਾ ਕੇ ਭੁੱਲ ਜਾਣੀ ਹੈ। ਅਤੇ ਆਪਣਾ ਉਹ ਕੁਐਸਚਨ ਵਿੱਚ ਰਹਿ ਗਿਆ ਸੀ ਵੀ ਇੰਡੀਆ ਦੇ ਵਿੱਚ ਕਿੰਨੀਆਂ ਜਿਮਸ ਨੇ ਅਤੇ ਕਿੱਥੇ ਕਿੱਥੇ ਨੇ? ਆਈ ਥਿੰਕ ਇੰਡੀਆ ਦੇ ਵਿੱਚ ਹੁਣ 8 ਜਿਮਾਂ ਆ ਇਸ ਵੇਲੇ ਜਿਹੜੇ ਓਪਰੇਸ਼ਨਲ ਆ ਜਾਂ ਓਪਰੇਸ਼ਨ ਹੋਣ ਵਾਲੀਆਂ। ਅਤੇ ਹੁਣ ਸਾਡੀ ਏਮ ਤਾਂ ਇਹ ਹੈਗੀ ਹੈ ਕਿ ਅਗਲੇ 5 ਸਾਲ ਦੇ ਵਿੱਚ ਤਕਰੀਬਨ 80-100 ਜਿਮ ਆਪਣਾ ਹੋਊਗਾ। ਓਕੇ, ਤਾਂ ਤੁਸੀਂ ਲਾਈਕ ਫਰੈਂਚਾਈਜ਼ੀ ਦਿੰਦੇ ਹੋ ਹੈ ਨਾ, ਇੱਦਾਂ ਹੀ ਆ ਨਾ? ਕੁਛ ਆਪਣੀਆਂ ਜਿਮਸ ਆ ਅਤੇ ਕੁਛ ਫਰੈਂਚਾਈਜ਼ਡ ਆ। ਓਕੇ, ਅਤੇ ਬਾਕੀ ਗੱਲਾਂ ਆਪਾਂ ਕਰਦੇ ਹਾਂ, ਉੱਥੇ ਪਹੁੰਚ ਗਏ, ਹੁਣ ਭੁੱਖ ਬਹੁਤ ਲੱਗੀ ਪਈ ਆ। ਪੰਜਾਬੀ ਖਾਸ ਕਰਕੇ ਮਿੱਠਾ ਚਾਹੁੰਦੇ ਹੁੰਦੇ ਖਾਣ ਤੋਂ ਬਾਅਦ,
ਸੋ ਆਪਾਂ ਚਾਹੁੰਦੇ ਸੀਗੇ ਕਿ ਸਿਆਣੇ ਜਿਆਣੇ ਸਾਰੇ ਮਿੱਠਾ ਖਾ ਸਕਣ, ਸੋ ਇੱਥੇ ਜਿਹੜੀ ਹੈਗੀ ਉਹ ਜਾਣੀ ਕਿ ਕੋਈ ਬੈਡ ਇੰਗਰੀਡੀਅੰਟਸ ਕੋਈ ਵੀ ਹੈ ਨਹੀਂਗਾ, ਸੋ ਸਟੇਵੀਆ ਬੇਸਡ ਹੈਗਾ ਸਾਰਾ ਕੁਛ ਅਤੇ ਉਹ ਤੁਹਾਡੇ ਵਾਸਤੇ ਹੈਲਥੀ ਹੈ, ਪ੍ਰੋਟੀਨ ਬੇਸਡ ਹੈਗੇ ਡਿਜ਼ਰਟਸ, ਕੌਫੀ ਵੀ ਫਸਟ ਆਫ ਦਾ ਖਾਇਡ ਪਲੱਸ ਆਪਾਂ ਇੱਥੇ ਇੱਕ ਮੈਨਿਊ ਵੀ ਸਟਾਰਟ ਕੀਤਾ ਹੋਇਆ, ਸੋ ਤੁਸੀਂ ਦੇਖੋਗੇ ਮੈਂ ਕੋਡ ਅਤੇ ਅਸੀਂ ਹੁਣ ਆਪਣਾ ਆਰਡਰ ਕਰਨ ਲੱਗੇ ਸੀਗੇ। ਅਸੀਂ ਆਏ ਹਾਂ ਜੀ ਯੋਂਗਲੈਂਡ ਨਾਮ ਦੀ ਜਗ੍ਹਾ 'ਤੇ, ਇੱਥੇ ਸਾਰਾ ਹੈਲਦੀ ਫੂਡ ਮਿਲਦਾ ਵਾ। ਕਿਹੜੇ ਸੈਕਟਰ ਦੇ ਵਿੱਚ ਆਪਣਾ? ਸੈਕਟਰ 10D ਚੰਡੀਗੜ੍ਹ ਯੋਂਗਲੈਂਡ। ਅਤੇ ਅਸੀਂ ਆਰਡਰ ਕੀਤਾ ਵਾ ਪਰਮਨੈਂਟ ਸੈਂਡਵਿਚ, ਮੈਂ ਸੈਂਡਵਿਚ, ਇੱਧਰ ਸਿਰਫ ਕਾਫੀ ਐਸਪ੍ਰੈਸੋ ਸ਼ਾਰਟ ਆਰਡਰ ਕੀਤਾ ਗਿਆ ਵਾ। ਅਤੇ ਕਿੰਨੇ ਘੰਟੇ ਹੋ ਗਏ ਫਾਸਟਿੰਗ ਚੱਲਦੇ ਨੂੰ? ਇਹ ਆਪਾਂ ਨੂੰ ਹੋ ਗਿਆ ਜੀ 18.5 ਘੰਟੇ ਹੋ ਗਿਆ। 18.5 ਘੰਟੇ ਫਾਸਟਿੰਗ ਕਰਦੇ ਨੂੰ ਹੋ ਗਏ। ਮੈਂ ਤਾਂ 16 ਘੰਟਿਆਂ ਦੀ ਕਰਦਾ ਹੁਣ, ਦੁਆ ਤਾਂ ਭੁੱਖ ਲੱਗੀ ਹੋਈ ਆ। ਤੁਸੀਂ ਯੂਜ਼ ਟੂ ਹੋ ਜਾਂਦੇ ਥੋੜ੍ਹੀ ਦੇਰ ਬਾਅਦ। ਅੱਜ ਜਿੱਦਾਂ ਮੈਂ ਅਤੇ ਸਾਡੇ ਨਾਇਬ ਭਾਅ ਜੀ ਅਭਿਜੋਤ ਭਾਅ ਜੀ ਜਿਮ ਤੋਂ, ਅਸੀਂ ਡਿਸਾਈਡ ਕੀਤਾ ਸੀਗਾ ਕਿ ਅਸੀਂ ਇਕੱਠੇ ਖਾਵਾਂਗੇ ਸ਼ਾਮ ਨੂੰ। ਓਕੇ, ਮੇਰੇ ਹਿਸਾਬ ਨਾਲ ਸ਼ਾਇਦ 22-23 ਘੰਟੇ ਹੋ ਜਾਣੇ। 22-23 ਘੰਟੇ ਹੋ ਜਾਣੇ ਆ। ਅਤੇ ਆਪਾਂ ਰਾਹ 'ਚ ਗੱਲ ਕਰਦੇ ਹੁੰਦੇ ਸੀਗੇ ਵੀ, ਅਸੀਂ ਇੱਕ ਵੀਡੀਓ ਬਣਾਈ ਆ, ਉਹਦੇ ਵਿੱਚ ਅਸੀਂ ਸਟੂਡੈਂਟਸ ਨੂੰ ਬਾਹਰ ਜਾ ਕੇ ਪੁੱਛਿਆ ਵੀ ਤੁਸੀਂ ਅੱਗੇ ਬੜੇ ਹੋ ਕੇ ਕੀ ਬਣਨਾ ਵਾ ਜਾਂ ਕੁਛ ਵੀ ਕਰਨਾ ਨਾ, ਚਾਹੇ ਸਕੂਲ ਦੇ ਬਾਹਰ ਗਏ ਚਾਹੇ ਅਸੀਂ ਕਿਤੇ ਮਾਰਕੀਟ 'ਚ ਗਏ, ਸਾਰੇ ਕਹਿੰਦੇ ਜੀ ਕੈਨੇਡਾ ਜਾਣਾ ਸੀ, ਆਸਟ੍ਰੇਲੀਆ ਜਾਣਾ ਵਾ। ਅਤੇ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਉੱਧਰਲੀ ਲਾਈਫ ਸਟਾਈਲ ਬਾਰੇ ਵੀ? ਉੱਧਰ ਕੰਮ ਕਰਨਾ ਬਾਹਲਾ ਜ਼ਿਆਦਾ ਸੌਖਾ, ਬਾਹਲਾ ਜ਼ਿਆਦਾ ਪੈਸਾ? ਅਤੇ ਸੋਚ ਪੰਜਾਬ ਦੇ ਸਟੂਡੈਂਟਸ ਦੇ ਵਿੱਚ ਕਿਵੇਂ ਆ ਗਈ ਵੀ ਬਸ ਬਾਹਰ ਹੀ ਜਾਣਾ, ਬਾਹਰ ਹੀ ਜਾਣਾ? ਜਿੱਦਾਂ ਕਿ ਮੈਂ ਵੀ ਗਿਆ, ਮੈਂ ਵੀ ਐਂ ਸੋਚ ਕੇ ਗਿਆ ਸੀ ਵੀ ਉੱਧਰ ਬਹੁਤ ਜ਼ਿਆਦਾ ਪੈਸਾ ਵਾ, ਅਤੇ ਹੈਗਾ ਵੀ ਆ, ਆਈ ਸੀ ਦਾ ਡਿਫਰੈਂਸ, ਬਟ ਇੰਨਾ ਜ਼ਿਆਦਾ ਕਰੇਜ਼ ਨਹੀਂ ਹੋਣਾ ਚਾਹੀਦਾ। ਜਿਹੜੇ ਚੰਗੇ ਬਹੁਤ ਘਰਾਂ ਦੇ ਲੋਕ ਉਹ ਵੀ ਜਾਈ ਜਾ ਰਹੇ ਆ ਬਾਹਰ। ਓਕੇ, ਤਾਂ ਤੁਹਾਡੀ ਗੱਲ ਸਹੀ ਆ, ਕਾਫੀ ਜਾਣੀ ਕਿ ਕਰੇਜ਼ ਆ। 90-95% ਪੋਪੂਲੇਸ਼ਨ ਜਿਹੜੀ ਹੈਗੀ ਆ ਉਹਨਾਂ ਦੀ ਇੱਕ ਗਰਾਰੀ ਜਿਹੜੀ ਹੈ ਕਿ ਅਸੀਂ ਬਾਹਰ ਹੀ ਜਾਣਾ, ਠੀਕ ਹੈ ਨਾ। ਸਰ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਕਿ ਓਪਰਚੁਨਿਟੀ ਸਾਰੀ ਸਿਰਫ ਬਾਹਰ ਹੀ ਆ, ਅਤੇ ਮੈਨੂੰ ਪਤਾ ਕਿ ਬਹੁਤ ਸਾਰੇ ਜਿਹੜੇ ਵੀਡੀਓ ਦੇਖੂਗੇ ਉਹਨਾਂ ਨੇ ਇਹੀ ਕਹਿਣਾ ਕਿ ਤੁਸੀਂ ਤਾਂ ਜੰਮੇ ਪਲੇ ਬਾਹਰ ਆ, ਤੁਹਾਡੇ ਲਈ ਤਾਂ ਬੜੀ ਆਸਾਨ ਹੈ ਇਹ ਗੱਲ ਕਹਿਣੀ। ਪਰ ਦੇਖੋ ਜੀ, ਮੈਂ UK ਦਾ ਬੋਰਨ ਆ, UK ਅਸੀਂ ਜੰਮੇ ਪਲੇ ਹਾਂ, ਪਰ ਮੈਂ ਇੰਡੀਆ ਆ ਕੇ ਬਿਜ਼ਨਸ ਕਰਦਾ। ਕਿਉਂ ਕਰਦਾ? ਕਿਉਂਕਿ ਸਾਨੂੰ ਵੀ ਇੱਥੇ ਓਪਰਚੁਨਿਟੀ ਦਿਸ ਰਹੀ ਹੈ। ਹਰ ਇੱਕ ਬੰਦਾ ਜਿਹੜਾ ਬਾਹਰ ਜਾਂਦਾ ਨਾ, ਉਹਨਾਂ ਦੀ ਲਾਈਫ ਈਜ਼ੀ ਨਹੀਂ ਹੁੰਦੀ। ਅਤੇ ਅਗਰ ਤੁਸੀਂ ਕੋਈ ਪਲਾਨ ਨਹੀਂ ਬਣਾਇਆ ਹੈਗਾ, ਤੁਹਾਡਾ ਕੋਈ ਫਿਊਚਰ ਲਈ ਤੁਸੀਂ ਦੇਖਿਆ ਨਹੀਂ ਕਿ ਪਹਿਲਾਂ ਆਹ ਸਟੈਪ ਕਰੂੰਗਾ ਫਿਰ ਆਹ ਸਟੈਪ ਕਰੂੰਗਾ, ਬਾਹਰ ਜਾ ਕੇ ਤੁਸੀਂ ਕੀ ਕਰੋਗੇ? ਇੰਨੀ ਵਧੀਆ ਲਾਈਫ ਸਟਾਈਲ ਕਈਆਂ ਦੀ ਹੁੰਦੀ ਜਿਹੜੀ ਇੱਥੇ ਵਧੀਆ ਲਾਈਫ ਸਟਾਈਲ ਛੱਡ ਕੇ ਉੱਥੇ ਜਾ ਕੇ ਉਹ ਕੰਮ ਕਰਦੇ ਜਿਨ੍ਹਾਂ ਵਾਸਤੇ ਉਹਨਾਂ ਨੇ ਇੱਥੇ ਬੰਦੇ ਰੱਖੇ ਹੁੰਦੇ ਆ ਕੰਮ ਕਰਨ। ਇਹ ਮੈਂ ਇਹ ਇਕੱਲੀ ਗੱਲ ਕਹਿ ਰਿਹਾ, ਬਟ ਆਈ ਵਿਲ ਐਡ ਸਮਥਿੰਗ ਟੂ ਦਿਸ। ਮੈਨੂੰ ਲੱਗਦਾ ਕਿਤੇ ਨਾ ਕਿਤੇ ਲਾਈਫ ਸਟਾਈਲ ਵੀ ਮੈਟਰ ਕਰਦਾ। ਉੱਧਰਲੀ ਪੁਲਿਸ ਅਤੇ ਆਪਣੀ ਪੁਲਿਸ ਦਾ ਬਿਹੇਵੀਅਰ, ਸਿਰਫ ਪੈਸੇ ਲਈ ਨਹੀਂ ਜਾ ਰਹੇ ਸਟੂਡੈਂਟਸ ਜਾਂ ਕੋਈ ਵੀ ਜਿਹੜਾ ਜਾਂਦਾ, ਕੋਈ ਵੀ ਚੀਜ਼ ਦੇਖਦਾ ਵੀ ਉੱਥੇ ਓਨੈਸਟੀ ਕਿੰਨੀ ਆ, ਮਾਰਕੀਟ ਕੋਈ ਚੋਰੀ ਕਿੰਨੀ ਘੱਟ ਚੋਰੀਆਂ ਨੇ, ਕਿੰਨਾ ਘੱਟ ਕ੍ਰਾਈਮ ਰੇਟ ਆ। ਅਤੇ ਆਪਾਂ ਕਈ ਵਾਰ ਆਪਾਂ ਸੋਚ ਲੈਂਦੇ ਵੀ ਸਿਰਫ ਪੈਸੇ 'ਤੇ ਜਾਂਦੇ ਆ, ਇਹ ਵੀ ਫੈਕਟਰ ਆ ਜਾਂਦਾ ਨਾ। ਜਿੱਦਾਂ ਉਰੇ ਦਾ ਹੁਣ ਦੇਖ ਲਓ, ਉਰੇ ਕੋਈ ਕੰਮ ਕਰਾਉਣਾ ਹੋਵੇ, ਫਰਦਾ ਕਢਾਉਣਾ, ਆਪਦੀ ਜ਼ਮੀਨ ਦੇ ਪ੍ਰੋਪਰਟੀ ਪੇਪਰਸ ਲੈਣ ਲਈ ਤੁਹਾਨੂੰ 10,000 ਦੇਣਾ ਹੀ ਪੈਂਦਾ, ਪਟਵਾਰੀ ਐਵਰੀਥਿੰਗ, ਸਾਰੇ ਕਰਪਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਆ। ਪਰ ਉਹ ਕੀਤੀ ਕਿਹਨੇ ਆ ਆਪਾਂ? ਤੁਹਾਡੀ ਗੱਲ ਸਹੀ ਹੈ, ਪਰ ਇਹ ਗੱਲਾਂ ਜਿਹੜੀਆਂ ਆ ਇਹ ਵੀਡੀਓਜ਼ ਦੇ ਉੱਤੇ ਇੰਸਟਾਗ੍ਰਾਮ ਫੇਸਬੁੱਕ ਦੇ ਉੱਤੇ ਅੱਛੀਆਂ ਲੱਗਦੀਆਂ, ਪਰ ਉਹ ਲਾਈਫ ਸਟਾਈਲ ਬਣਾਉਣ ਵਾਸਤੇ ਵੀ ਤੁਹਾਨੂੰ ਕੁਛ ਚਾਹੀਦਾ ਨਾ। ਹੁਣ ਇਕੱਲੀ ਤੁਸੀਂ ਉੱਥੇ ਇਕੱਲੇ ਤੁਸੀਂ ਕਿਸੇ ਮੁਲਕ ਦੇ ਵਿੱਚ ਚਲ ਜੂੰਗੇ, ਉਹ ਇਕੱਲੀ ਚੀਜ਼ ਦੇ ਨਾਲ ਲਾਈਫ ਸਟਾਈਲ ਤੁਹਾਡੀ ਇੰਪਰੂਵ ਨਹੀਂ ਹੋਣੀ। ਪੁੱਛੋ ਉਹਨਾਂ ਨੂੰ ਜਿਹਨਾਂ ਨੇ 30-40 ਲੱਖ ਰੁਪਈਏ ਲਾ ਕੇ ਬਾਹਰ ਚਲੇ ਗਏ ਆ, ਅਤੇ ਹਾਲੇ ਤੱਕ ਉਹਨਾਂ ਦੇ ਉਹ ਪੈਸੇ ਵੀ ਨਹੀਂ ਪੂਰੇ ਹੋਏ, ਉਹਨਾਂ ਨੂੰ ਲਾਈਫ ਸਟਾਈਲ ਪੁੱਛੋ ਕਿ ਉਹਨਾਂ ਦੀ ਕਿੱਦਾਂ ਦੀ ਹੈ। ਜਿਹਨਾਂ ਨੂੰ ਆਪ ਹੀ ਉੱਠ ਕੇ ਆਪ ਦੀ ਰੋਟੀ ਬਣਾਉਣੀ ਪੈਂਦੀ ਹੈ, ਆਪ ਹੀ ਕੱਪੜੇ ਧੋਣੇ ਆ, ਪੂਰੀ ਦਿਹਾੜੀ ਕੰਮ 'ਤੇ ਲਾ ਕੇ ਫਿਰ 7 ਦਿਨ ਇਹ ਕੰਮ ਕਰਦੇ ਹੋ, ਉਹਨਾਂ ਨੂੰ ਪੁੱਛੋ ਕਿ ਉਹਨਾਂ ਦੀ ਲਾਈਫ ਸਟਾਈਲ ਕਿੱਦਾਂ ਦੀ ਹੈ। ਹਾਂ, ਅਗਰ ਤੁਸੀਂ ਪੂਰਾ ਪਲਾਨ ਕਰਕੇ ਜਾਂਦੇ ਦਰ ਇਜ਼ ਨਥਿੰਗ ਰੋਂਗ ਵਿਦ ਦੈਟ। ਮੈਂ ਇਹ ਨਹੀਂ ਕਹਿੰਦਾ ਕਿ ਉੱਥੇ ਦੀ ਲਾਈਫ ਸਟਾਈਲ ਅੱਛੀ ਨਹੀਂ ਹੈ, ਮੈਂ ਖੁਦ ਬਾਹਰ ਰਹਿੰਦਾ, ਸੋ ਓਬਵੀਅਸਲੀ ਫਰਕ ਤਾਂ ਹੈਗਾ ਹੈ, ਪਰ ਮੈਂ ਆਪਣੀ ਲਾਈਫ ਸਟਾਈਲ ਇੰਡੀਆ ਦੇ ਵਿੱਚ ਵੀ ਵਧੀਆ ਬਣਾਈ ਹੈ। ਆਪਾਂ ਕਾਫੀ ਪ੍ਰਾਊਡ ਹੁੰਦੇ ਟੋਰ ਨਾਲ, ਸਾਰੇ ਕੰਮ ਕਰੀਦੇ, ਸੋ ਉਹ ਇੱਕ ਸੋਚਣੀ ਦੀ ਗੱਲ ਹੁੰਦੀ ਕਿ ਅਸੀਂ ਕਿਹੜੇ ਲੈਵਲ ਦੀ ਲਾਈਫ ਸਟਾਈਲ ਬਣਾਉਣੀ ਚਾਹੁੰਦੇ ਅਤੇ ਕਿਸ ਤਰ੍ਹਾਂ ਬਣਾਵੋਗੇ ਉਹਨੂੰ। ਸੋ ਮੈਂ ਹਮੇਸ਼ਾ ਯੂਥ ਨੂੰ ਤਾਂ ਮੈਂ ਇਹ ਸਲਾਹ ਦਊਗਾ ਕਿ ਤੁਸੀਂ ਹਮੇਸ਼ਾ 2 ਪਲਾਨ ਬਣਾਓ, ਅਗਰ ਬਾਹਰ ਹੀ ਜਾਣਾ ਹੈ ਤਾਂ 2nd ਪਲਾਨ ਤਾਂ ਰੱਖੀਏ ਅਗਰ ਬਾਹਰ ਨਹੀਂ ਗਏ ਤਾਂ। ਤੁਹਾਡਾ USP ਕੀ ਹੈ ਜਿਹੜਾ ਤੁਸੀਂ ਬਾਹਰ ਲੈ ਕੇ ਜਾਓਗੇ? ਹੁਣ ਕਾਫੀ ਟੈਲੈਂਟ ਇੰਡੀਆ ਦੇ ਵਿੱਚ ਹੈਗਾ ਹੈ, ਤੁਸੀਂ ਉਹਦਾ ਫਾਊਂਡੇਸ਼ਨ ਅਗਰ ਇੰਡੀਆ ਬਣਾਓਗੇ ਹੈ ਨਾ, ਫਿਰ ਤੁਸੀਂ ਬਾਹਰ ਵੀ ਜਾ ਕੇ ਸਕਸੈਸਫੁਲ ਹੋ ਸਕੋਗੇ। ਪਰ ਅਗਰ ਤੁਸੀਂ ਇੰਡੀਆ ਹੀ ਨਹੀਂ ਕੋਈ ਬੇਸ ਬਣਾਓਗੇ ਜਾਂ ਆਪਣਾ USP ਬਣਾਓਗੇ, ਤੁਸੀਂ ਬਾਹਰ ਜਾ ਕੇ ਦੱਸੋਗੇ ਕੀ ਸਾਡਾ USP ਹੈਗਾ ਕੀ ਹੈ? ਬਹੁਤ ਸਾਰੇ ਟੈਲੈਂਟਡ ਪੜ੍ਹੇ ਲਿਖੇ ਨੌਜਵਾਨ ਉੱਥੇ ਜਾ ਕੇ ਲੇਬਰ ਦਾ ਕੰਮ ਕਰਦੇ, ਸੋ ਮੈਨੂੰ ਉਹ ਚੀਜ਼ ਦੇ ਵਿੱਚ ਕੁਛ ਅੱਛਾ ਨਹੀਂ ਲੱਗ ਰਿਹਾ। ਸੋ ਮੈਂ ਤਾਂ ਇਹ ਕਹੂੰਗਾ ਕਿ ਡੈਫੀਨੇਟਲੀ ਆਪਣਾ ਫਿਊਚਰ ਨੂੰ ਅੱਛੀ ਤਰੀਕੇ ਨਾਲ ਪਲਾਨ ਕਰਕੇ ਫਿਰ ਤੁਸੀਂ ਜਿਹੜੀ ਮਰਜ਼ੀ ਕੰਟਰੀ ਜਾ ਸਕਦੇ ਅਤੇ ਵਾਪਸ ਵੀ ਆ ਸਕੋਗੇ, ਸੋ ਇਹ ਰੂਟ ਹੋਣਾ ਚਾਹੀਦਾ। ਅਤੇ ਜਿਹੜੀ ਆਪਾਂ ਜਗ੍ਹਾ ਦੇ ਵਿੱਚ ਬੈਠੇ ਹਾਂ,
ਯੋਗਲੈਂਡ ਦੇ ਵਿੱਚ। ਇਹਨੂੰ ਬਣਾਉਣ ਦਾ ਕੀ ਮੇਨ ਮਕਸਦ ਸੀਗਾ, ਕਿੱਥੋਂ ਮੋਟੀਵੇਸ਼ਨ ਆਈ ਜਾਂ ਕਿੱਥੋਂ ਇੰਸਪੀਰੇਸ਼ਨ ਮਿਲੀ ਕਿ ਆਪਾਂ ਇਹੋ ਜਿਹੀ ਜਗ੍ਹਾ ਸ਼ੁਰੂ ਕਰੀਏ? ਇਹ ਤੁਹਾਡੇ ਪਹਿਲੇ ਸਵਾਲ ਦੇ ਨਾਲ ਵੀ ਕੁਛ ਕਨੈਕਟਿਡ ਹੈਗੀ ਹੈ, ਕਿਉਂਕਿ ਜਿਨ੍ਹਾਂ ਦੀਆਂ ਅੱਛੀਆਂ ਲਾਈਫ ਸਟਾਈਲਸ ਇੱਥੇ ਇੰਡੀਆ ਦੇ ਵਿੱਚ ਹੈਗੇ ਆ, ਉਹ ਅੰਡਰਸਟੈਂਡ ਕਰਦੇ ਕਿ ਬਾਹਰ ਅੱਛੇ ਬ੍ਰਾਂਡਸ ਹੁੰਦੇ ਆ, ਅਸੀਂ ਉਹ ਬ੍ਰਾਂਡਸ ਇੰਡੀਆ ਲਿਆ ਕੇ ਉਹਨਾਂ ਨੂੰ ਦਿੰਦੇ ਹਾਂ। ਯੋਗਲੈਂਡ ਇਸ ਤਰ੍ਹਾਂ ਦਾ ਇੱਕ ਬ੍ਰਾਂਡ ਹੈ ਜਿਹਦੇ ਵਿੱਚ ਅਗਰ ਤੁਸੀਂ ਮਿੱਠਾ ਖਾਣਾ ਚਾਹੁੰਦੇ ਆ, ਆਮ ਤੌਰ 'ਤੇ ਜਿਹੜੇ ਹੈਲਥੀ ਆ ਆਪਣੀ ਲਾਈਫ ਸਟਾਈਲ ਹੈਲਥੀ ਰੱਖਣਾ ਚਾਹੁੰਦੇ ਆ, ਜਦੋਂ ਮਿੱਠਾ ਕਰਦੇ ਉਹ ਕਹਿੰਦੇ ਉਹਨੂੰ ਚੀਟ ਮੀਲ ਕਹਿ ਦਿੰਦੇ ਆ। ਸੋ ਅਸੀਂ ਯੋਗਲੈਂਡ ਨੂੰ ਇਹ ਕਹਿੰਦੇ ਕਿ ਤੁਸੀਂ ਚੀਟ ਕਰੋ ਪਰ ਕਲੀਨ, ਇੱਥੇ ਦਾ ਕੋਈ ਵੀ ਤੁਹਾਨੂੰ ਪ੍ਰੋਡਕਟ ਉਹਦੇ ਵਿੱਚ ਕੋਈ ਸ਼ੂਗਰ ਨਹੀਂ ਹੈਗੀ, ਕੋਈ ਜਾਣੀ ਕਿ ਤੁਹਾਨੂੰ ਗਿਲਟੀ ਨਹੀਂ ਫੀਲ ਹੋਣਾ ਕਿ ਵੀ ਮੈਂ ਮਿੱਠਾ ਖਾ ਲਿਆ। ਸਟੇਵੀਆ ਬੇਸਡ ਆ ਸਾਡੇ ਸਾਰੇ ਡਿਜ਼ਰਟਸ, ਜਿਹੜਾ ਮੈਨਿਊ ਹੈਗਾ ਉਹਦੇ 'ਤੇ ਤੁਹਾਨੂੰ ਨਿਊਟ੍ਰੀਸ਼ਨਲ ਵੈਲਿਊਜ਼ ਦਿੰਦੇ ਆ, ਜਿਸ ਤਰ੍ਹਾਂ ਕਿ ਕੋਈ ਵੀ ਵੈਜ ਜਾਂ ਨੋਨ ਵੈਜ ਤੁਸੀਂ ਖਾਣਾ ਵੀ ਖਾਣਾ ਚਾਹੁੰਦੇ ਆ, ਸਾਰਾ ਕੁਛ ਜਾਣੀ ਕਿ ਪੂਰੇ ਹੈਲਥੀ ਵੇਅ ਦੇ ਨਾਲ ਬਣਿਆ ਹੋਇਆ। ਇਹ ਤਾਂ ਹੋ ਗਿਆ ਹੈਲਥ ਦੇ ਰਿਲੇਟਡ, ਰਾਈਟ? ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼ਾਂ ਦੇ ਵਿੱਚ ਇਨਵੋਲਵ ਹੋ, ਲਾਈਕ ਕਿਹੜੇ ਬਿਜ਼ਨਸ ਹੈਲਥ ਇੰਡਸਟਰੀ ਤੋਂ ਇਲਾਵਾ, ਫਿਟਨੈਸ ਇੰਡਸਟਰੀ ਤੋਂ ਇਲਾਵਾ ਕਿਹੜੀ ਚੀਜ਼ਾਂ ਦੇ ਵਿੱਚ ਇਨਵੋਲਵਮੈਂਟ ਆ ਜਾਂ ਤੁਹਾਡੀ ਇੰਟਰਸਟ ਆ? ਇੰਟਰਸਟ ਸਰ ਤਾਂ ਇਨਵੋਲਵਮੈਂਟ, ਸਾਡਾ ਕੰਸਟਰਕਸ਼ਨ ਦਾ ਕੰਮ ਹੈ ਯੂਕੇ ਦੇ ਵਿੱਚ, ਅਤੇ ਬਿਲਡਰਸ ਮਰਚੈਂਟ ਵੀ ਹੈ, ਅਸੀਂ ਪ੍ਰੋਪਰਟੀ ਦਾ ਕੰਮ ਜ਼ਿਆਦਾ ਕਰਦੇ ਹਾਂ ਯੂਕੇ ਦੇ ਵਿੱਚ। ਸੋ ਮੇਰੇ ਰੀਅਲ ਸਟੇਟ ਦਾ ਵੀ ਬਿਜ਼ਨਸ ਆ, ਫਾਈਨੈਂਸ ਵੀ ਕਰੀਦਾ ਅਸੀਂ। ਸੋ ਜਿਹਨੂੰ ਤੁਸੀਂ ਕੋਰ ਬਿਜ਼ਨਸ ਕਹਿ ਦਿੰਦੇ, ਮੇਰੀ ਜਾਣੀ ਕਿ ਕੋਰ ਬਿਜ਼ਨਸ ਯੂਕੇ ਦੇ ਵਿੱਚ ਪ੍ਰੋਪਰਟੀ ਐਂਡ ਕੰਸਟਰਕਸ਼ਨ ਹੈ। ਜਿਹੜੀ ਫਿਟਨੈਸ ਇੰਡਸਟਰੀ ਹੈ, ਇਹ ਮੇਰਾ ਇੱਕ ਪੈਸ਼ਨ ਸੀ ਜਿਹਦਾ ਬਿਜ਼ਨਸ ਬਣਾਇਆ, ਬਟ ਫਿਟਨੈਸ ਇੰਡਸਟਰੀ ਦੇ ਵਿੱਚ ਸਿਰਫ ਅਸੀਂ ਜਿਮਸ ਨਹੀਂ, ਅਸੀਂ ਨਿਊਟ੍ਰੀਸ਼ਨ ਵੀ ਕਰਦੇ ਹਾਂ। ਸਾਡੇ ਐਜੂਕੇਸ਼ਨ ਦਾ ਬ੍ਰਾਂਡ ਹੈ ਜਿਹਨੂੰ ਫਿਜ਼ੀਕ ਗਲੋਬਲ ਕਹਿੰਦੇ ਹਾਂ, ਮੈਂ ਮੈਂਟਰਿੰਗ ਵੀ ਕਰ ਰਿਹਾ ਉਹਦੇ ਵਿੱਚ, ਅਤੇ ਅਸੀਂ ਬ੍ਰਾਂਡ ਮੈਨੇਜਮੈਂਟ ਅਤੇ ਟੈਲੈਂਟ ਮੈਨੇਜਮੈਂਟ ਵੀ ਕਰਦੇ, ਜਿਹਦੇ ਵਿੱਚ ਫਿਟਨੈਸ ਇਨਫਲੂਐਂਸਰਸ ਆ ਉਹਨਾਂ ਨੂੰ ਗਰੋ ਕਰੀਦਾ, ਉਹਨਾਂ ਦੇ ਨਾਲ ਬ੍ਰਾਂਡਸ ਜੋੜੀਦਾ। ਜਦੋਂ ਆਪਾਂ ਬਿਜ਼ਨਸ ਇੰਡੀਆ ਦੇ ਵਿੱਚ ਪਲਾਨ ਕੀਤਾ ਸੀਗਾ, ਸਾਡੇ ਕਈ ਮਕਸਦ ਸੀਗੇ, ਕਿਉਂਕਿ ਅਗਰ ਤੁਸੀਂ ਪੈਸਾ ਹੀ ਬਣਾਉਣਾ ਚਾਹੁੰਦੇ ਆ ਤਾਂ ਮੈਨੂੰ ਯੂਕੇ ਦੇ ਵਿੱਚ ਓਪਰਚੁਨਿਟੀਜ਼ ਹੋਰ ਬਥੇਰੀਆਂ, ਇੰਡੀਆ ਆਉਣ ਦੀ ਜ਼ਰੂਰਤ ਨਹੀਂ ਸੀ। ਬਟ ਹਰ ਇੱਕ ਬਿਜ਼ਨਸ ਦੇ ਵਿੱਚ ਮੇਰਾ ਇੱਕ ਇਹ ਮਕਸਦ ਹੁੰਦਾ ਕਿ ਕੁਛ ਪੋਜ਼ਿਟਿਵ ਵੀ ਸਾਡੇ ਨਾਲ ਜਿਹੜੇ ਹੈਗੇ ਆ, ਸਾਡੇ ਸਪੇਸ ਦੇ ਵਿੱਚ ਜਿਹੜੇ ਇਨਵੋਲਵ ਹੁੰਦੇ, ਉਹਨਾਂ ਦੀ ਲਾਈਫ ਦੇ ਵਿੱਚ ਵੀ ਕੋਈ ਪੋਜ਼ਿਟਿਵ ਇਫੈਕਟ ਹੋਵੇ। ਸੋ ਜਦੋਂ ਅਸੀਂ ਫਿਟਨੈਸ ਦੇ ਵਿੱਚ ਇਨਵੋਲਵ ਹੋਏ ਸੀਗੇ, ਅਸੀਂ ਚਾਹੁੰਦੇ ਸੀਗੇ ਪਹਿਲਾਂ ਐਜੂਕੇਟ ਕਰੀਏ, ਫਿਰ ਜਿਹੜੇ ਲੈਵਲ ਦੀ ਇਨਕਮ ਉਹਨਾਂ ਦੀ ਹੈਗੀ ਉਹ ਇਨਕਮ ਵਧਾਈਏ। ਸੋ ਅਗਰ ਅਸੀਂ ਪਲੈਟਫਾਰਮ ਇੰਨਾ ਅੱਛਾ ਖੜ੍ਹਾ ਕੀਤਾ, ਜਿੰਨੇ ਵੀ ਸਾਡੇ ਇੰਪਲੋਈਜ਼ ਹੈਗੇ ਆ ਉਹਨਾਂ ਨੂੰ ਉਹ ਸੇਮ ਇੰਡਸਟਰੀ ਦੇ ਵਿੱਚ ਜਿਹੜੇ ਸਟੈਂਡਰਡ ਹੈਗਾ ਸੈਲਰੀਸ, ਉਹਦੇ ਨਾਲ ਜ਼ਿਆਦਾ ਇਨਕਮ ਆਪਣੇ ਪਲੈਟਫਾਰਮਸ 'ਤੇ ਮਿਲਦੀ ਹੈ। ਸੋ ਜਿਹੜੇ ਲੋਕ ਕਹਿੰਦੇ ਕਿ ਸਾਨੂੰ ਬਾਹਰ ਜਾ ਕੇ ਸਾਡੀ ਜ਼ਿਆਦਾ ਇਨਕਮ ਆ, ਅਸੀਂ ਆਲਮੋਸਟ ਉਹਨਾਂ ਦੀ ਇਨਕਮ ਥੋੜ੍ਹੀ ਜਿਹੀ ਇੱਥੇ ਹੀ ਇੰਪਰੂਵ ਕਰ ਦਿੱਤੀ ਹੈ। ਫਾਇਦਾ ਉਹਨਾਂ ਨੂੰ ਇਹ ਹੁੰਦਾ ਕਿ ਓਬਵੀਅਸਲੀ ਬਾਹਰ ਜਾ ਕੇ ਤੁਹਾਡੇ ਐਕਸਪੈਂਸਿਸ ਵੀ ਜ਼ਿਆਦਾ ਹੁੰਦੇ ਆ, ਇੱਥੇ ਐਕਸਪੈਂਸਿਸ ਹੁੰਦੇ ਆ, ਇਨਕਮ ਜ਼ਿਆਦਾ ਹੈ। ਅਤੇ ਮੇਨ ਚੀਜ਼ ਇਹ ਹੈ ਕਿ ਉਹਨਾਂ ਨੂੰ ਵੈਲਿਊ ਆ ਗਈ ਕਿ ਐਜੂਕੇਟ ਹੋ ਕੇ ਅਸੀਂ ਜੇ ਕੰਮ ਕਰੀਏ ਉਸਦੀ ਵੈਲਿਊ ਪੈਂਦੀ, ਕਦਰ ਪੈਂਦੀ ਹੈ। ਸੋ ਅਸੀਂ ਕਾਫੀ ਪ੍ਰਾਊਡ ਫੀਲ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਅਸੀਂ ਬਹੁਤ ਸਾਰੀਆਂ ਜੋਬਸ ਕ੍ਰੀਏਟ ਕੀਤੀਆਂ, ਸਿਰਫ ਡਾਇਰੈਕਟਲੀ ਨਹੀਂ ਇਨਡਾਇਰੈਕਟਲੀ ਵੀ, ਜਿੱਦਾਂ ਹੁਣ ਅਸੀਂ ਆਊਟਸੋਰਸ ਜਿਹੜੇ ਜਿਹੜੇ ਵੀ ਕੰਮ ਕਰਦੇ ਹਾਂ, ਐਡਵਰਟਾਈਜ਼ਿੰਗ, ਮਾਰਕੀਟਿੰਗ, ਕੰਟਰੈਕਟਰਸ, ਨਿਊਟ੍ਰੀਸ਼ਨਿਸਟ, ਕਈ ਤਰ੍ਹਾਂ ਦੇ ਜੋਬਸ ਅਸੀਂ ਕ੍ਰੀਏਟ ਕਰ ਚੁੱਕੇ ਹਾਂ ਇੰਡੀਆ ਦੇ ਵਿੱਚ। ਜਿਵੇਂ ਕਿਸੇ ਬੰਦੇ ਨੇ ਬਿਜ਼ਨਸ ਖੋਲ੍ਹਣਾ ਹੋਵੇ, ਜਿਹਨੂੰ ਬਿਜ਼ਨਸ ਬਾਰੇ ਕੋਈ ਆਈਡੀਆ ਨਹੀਂ ਕਿ ਕਿੱਦਾਂ ਓਪਰੇਸ਼ਨਸ ਰਨ ਹੁੰਦੇ ਆ, ਕਿੱਦਾਂ ਮੋਨੀਟਰੀ ਸਾਰੀ ਮੈਨੇਜ ਕਰਨੀ ਆ, ਉਹਦੇ ਲਈ ਸਭ ਤੋਂ ਵਧੀਆ ਰੀਸੋਰਸ ਕੀ ਆ ਕਿ ਉਹ, ਚਲੋ ਗਲਤੀਆਂ ਤਾਂ ਹਰੇਕ ਕਰਦਾ, ਜਦੋਂ ਆਪਾਂ ਸਿੱਖਾਂਗੇ ਕਰਾਂਗੇ ਫਿਰ ਗਲਤੀ ਉਹ ਫਿਰ ਸਿੱਖਾਂਗੇ, ਹੈ ਨਾ? ਬੈਸਟ ਵੇ ਟੂ ਜਿਹੜਾ ਫੰਡਾਮੈਂਟਲਸ ਬਿਜ਼ਨਸ ਦੇ ਸਿੱਖਣ ਲਈ, ਉਹ ਕਿਹੜਾ ਸੋਰਸਿਸ, ਬੁੱਕਸ ਨੇ ਜਾਂ ਕਿਸੇ ਮੈਂਟਰ ਤੋਂ ਸਿੱਖਿਆ ਜਾਵੇ, ਤੁਸੀਂ ਕੀ ਸੁਜੈਸਟ ਕਰਦੇ ਹੋ? ਬਿਜ਼ਨਸ ਸਿੱਖਣਾ ਕੋਈ ਸੌਖੀ ਚੀਜ਼ ਨਹੀਂ ਹੈਗੀ, ਆਂਟਰਪ੍ਰਨਰ ਬਣਨਾ ਬਹੁਤ ਔਖਾ ਕੰਮ ਹੈ। ਬਟ ਮੈਂ ਇਨਕਰੇਜ ਕਰਦਾ ਕਿ ਅਗਰ ਤੁਹਾਡੇ ਵਿੱਚ ਇੱਕ ਪੈਸ਼ਨ ਹੈਗਾ ਨਾ, ਉਹ ਸ਼ੁਰੂਆਤ ਹੁੰਦੀ ਹੈ ਕੌਨਫੀਡੈਂਸ ਤੋਂ। ਦੂਸਰੀ ਚੀਜ਼ ਹੈ ਕਿ ਤੁਸੀਂ ਥਿਓਰੇਟੀਕਲ ਐਜੂਕੇਸ਼ਨ ਜਿਹੜਾ ਹੁੰਦਾ ਉਹ ਤਾਂ ਤੁਹਾਨੂੰ ਕਰਨਾ ਚਾਹੀਦਾ ਹੀ ਹੈ, ਬਟ ਪ੍ਰੈਕਟੀਕਲ ਜਿਹੜਾ ਹੁੰਦਾ ਨਾ ਉਹਦੀ ਵੀ ਉਨੀ ਹੀ ਅਹਿਮੀਅਤ ਹੁੰਦੀ ਹੈ। ਅਗਰ ਤੁਸੀਂ ਕੋਈ ਬਿਜ਼ਨਸ ਕਰਨਾ ਚਾਹੁੰਦੇ ਆ, ਪਹਿਲਾਂ ਤਾਂ ਉਸ ਬਿਜ਼ਨਸ ਦੇ ਵਿੱਚ ਐਕਸਪੀਰੀਅੰਸ ਲਵੋ, ਈਵਨ ਐਜ਼ ਅ ਇੰਪਲੋਈ। ਐਟਲੀਸਟ ਤੁਹਾਨੂੰ ਜਿਹੜੀਆਂ ਚੀਜ਼ਾਂ ਤੁਸੀਂ ਬੁੱਕਸ 'ਚੋਂ ਸਿੱਖੀਆਂ ਉਸ ਤੋਂ ਇਲਾਵਾ ਵੀ ਤੁਸੀਂ ਕੁਛ ਸਿੱਖ ਸਕੋਗੇ। ਜਦੋਂ ਐਕਸਪੀਰੀਅੰਸ ਹੋ ਜਾਂਦਾ ਆ, ਫਿਰ ਤੁਸੀਂ ਪਹਿਲਾ ਸਟੈਪ ਆਪਣੀ ਪਲੈਨਿੰਗ ਦਾ ਲੈ ਸਕਦੇ ਹਾਂ ਕਿ ਅਸੀਂ ਪਹਿਲਾ ਸਟੈਪ ਸਾਨੂੰ ਕੀ ਲੈਣਾ ਚਾਹੀਦਾ। ਕੋਈ ਵੀ ਬਿਜ਼ਨਸ ਤੁਸੀਂ ਕਰਨਾ ਹੈ, ਪ੍ਰੋਫੈਸ਼ਨਲਸ ਨੂੰ ਹਾਇਰ ਕਰਕੇ ਆਪਣਾ ਬਿਜ਼ਨਸ ਪਲਾਨ ਬਣਾਓ, ਕਿਉਂਕਿ ਤੁਹਾਡੀ ਮੈਂਟੈਲਿਟੀ ਜਾਂ ਤੁਹਾਡੀ ਸੋਚ ਹੋ ਸਕਦਾ ਸਿਰਫ ਇੱਕ ਰਸਤੇ 'ਤੇ ਹੀ ਹੋਵੇ। ਬਹੁਤ ਸਾਰੀਆਂ ਕਈ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਹੋ ਸਕਦਾ ਤੁਸੀਂ ਨਾ ਵੀ ਸੋਚਿਆ ਹੋਣ, ਖਰਚੇ ਕਿੱਥੋਂ ਪੂਰੇ ਕਰਨੇ ਆ, ਕਿੰਨੇ ਮਹੀਨਿਆਂ ਦੇ ਤੁਹਾਡੇ ਕੋਲ ਤਨਖਾਹਾਂ ਦੇ ਬੈਂਕ ਦੇ ਵਿੱਚ ਹੋਣੇ ਚਾਹੀਦੇ ਪੈਸੇ, ਮਾਰਕੀਟਿੰਗ ਕਿਸ ਤਰ੍ਹਾਂ ਕਰੋਗੇ, ਤੁਹਾਡਾ USP ਕੀ ਹੈ, ਤੁਹਾਡੇ ਕੰਪੈਟੀਟਰਸ ਕੀ ਕਰ ਰਹੇ ਆ,
ਚਾਰਟਰਡ ਅਕਾਊਂਟੈਂਟ ਹੋਰ ਕਈ ਪ੍ਰੋਫੈਸ਼ਨਲਸ ਹੁੰਦੇ ਜਿਹੜੇ ਤੁਹਾਡੇ ਬਿਜ਼ਨਸ ਪਲਾਨ ਤੁਹਾਡੇ ਨਾਲ ਕ੍ਰੀਏਟ ਕਰਨ ਲਈ ਤੁਹਾਡੇ ਨਾਲ ਜੁੜ ਸਕਦੇ ਆ ਤਾਂ ਉਹਦੇ ਵਿੱਚ ਅਗਰ ਤੁਹਾਡੇ ਥੋੜ੍ਹਾ ਜਿਹਾ ਐਕਸਪੈਂਸ ਲੱਗ ਵੀ ਜਾਂਦਾ ਨਾ ਲੌਂਗ ਟਰਮ ਤੁਹਾਨੂੰ ਸੇਵਿੰਗ ਹੀ ਹੋਊਗੀ ਇਸ ਚੀਜ਼ ਦੀ ਸੋ ਪਲੈਨਿੰਗ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਕੋਈ ਵੀ ਬਿਜ਼ਨਸ ਸਟਾਰਟ ਕਰਨ ਤੋਂ ਪਹਿਲਾਂ ਅਤੇ ਹੁਣ ਤੁਹਾਡੇ ਫਿਊਚਰ ਪ੍ਰੋਜੈਕਟਸ ਕੀ ਨੇ ਇੰਡੀਆ ਨੂੰ ਲੈ ਕੇ ਜਾਂ ਬਾਹਰ ਲੈ ਕੇ ਜਾਂ ਕੋਈ ਨਵਾਂ ਬਿਜ਼ਨਸ ਦੇ ਵਿੱਚ ਤੁਸੀਂ ਹੱਥ ਖੋਲਣਾ ਆਪਾਂ ਕਹਿੰਦੇ ਹਾਂ ਵੀ ਆਪਾਂ ਆਹ ਚੀਜ਼ ਕਰ ਲਈ ਹੁਣ ਆਪਾਂ ਫਿਟਨੈਸ ਵਾਲੀ ਕਰ ਲਈ ਇਹਦੇ ਤੁਸੀਂ ਦੱਸਿਆ ਵੀ ਜਿੱਦਾਂ 80 ਜਿਮਸ ਤੁਸੀਂ ਟਾਰਗੇਟ ਕੀਤਾ ਵੀ ਆਪਾਂ ਖੋਲਣੀਆਂ ਇਸ ਤੋਂ ਇਲਾਵਾ ਹੋਰ ਕਿਹੜੀ ਇੰਡਸਟਰੀ ਹੈ ਇੰਡੀਆ ਦੇ ਵਿੱਚ ਜਾਂ ਕਿਤੇ ਬਾਹਰ ਜਿਹਨੂੰ ਤੁਸੀਂ ਹਿੱਟ ਕਰਨਾ ਚਾਹੁੰਦੇ ਹੋ ਜਾਂ ਜਿਹਨੂੰ ਤੁਸੀਂ ਉਹਨਾਂ ਟਾਰਗੇਟ ਕਰਕੇ ਆਡੀਅੰਸ ਕੈਪਚਰ ਕਰਨਾ ਚਾਹੁੰਦੇ ਹੋ ਹੋਰ ਕੋਈ ਵੀ ਬਿਜ਼ਨਸ ਦੇ ਵਿੱਚ ਮੈਂ ਇਨਵੋਲਵਮੈਂਟ ਜੇ ਕਰਦਾ ਹਾਂ ਤਾਂ ਮੈਂ ਉਸ ਬਿਜ਼ਨਸ ਦੇ ਵਿੱਚ ਇਨਵੋਲਵਮੈਂਟ ਕਰਦਾ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਮੈਂ ਕੋਈ ਵੈਲਿਊ ਐਡ ਕਰ ਸਕਦਾ ਸੋ ਕਿਹੜੇ ਫਿਊਚਰ ਦੇ ਵਿੱਚ ਬਿਜ਼ਨਸ ਉਹ ਹੋਣਗੇ ਇਹ ਤਾਂ ਟਾਈਮ ਹੀ ਦੱਸਦਾ ਜਿਸ ਤਰ੍ਹਾਂ ਕਿ ਯੋਗਲੈਂਡ ਦੀ ਗੱਲ ਕੀਤੀ ਸੀਗੀ ਇਸ ਦੀ ਇੱਕ ਨੀਡ ਸੀਗੀ ਸਾਡੇ ਜਿਹੜੇ ਐਗਜ਼ਿਸਟਿੰਗ ਬਿਜ਼ਨਸਿਸ ਆ ਉਹ ਬਿਜ਼ਨਸ ਇਸ ਬਿਜ਼ਨਸ ਨੂੰ ਕੰਪਲੀਮੈਂਟ ਕਰਦੇ ਤਾਂ ਇਹ ਉਸ ਬਿਜ਼ਨਸਿਸ ਨੂੰ ਕੰਪਲੀਮੈਂਟ ਕਰਦਾ ਸੋ ਇਹ ਸਾਰਾ ਸਟਰਕਚਰ ਹੈਂਡ ਇਨ ਹੈਂਡ ਜਾਂਦਾ ਅਗਰ ਮੈਨੂੰ ਲੱਗਦਾ ਸੀਗਾ ਕਿ ਅਸੀਂ ਇਹ ਐਫ ਐਨ ਬੀ ਲਾਈਨ ਦੇ ਵਿੱਚ ਕੁਛ ਵੈਲਿਊ ਐਡ ਕਰ ਸਕਦੇ ਹਾਂ ਇਸ ਕਰਕੇ ਹੀ ਅਸੀਂ ਇਹ ਸਟਾਰਟ ਕੀਤਾ ਫਿਊਚਰ ਦੇ ਵਿੱਚ ਡੈਫੀਨੇਟਲੀ ਜੋ ਸਾਡੇ ਐਗਜ਼ਿਸਟਿੰਗ ਬਿਜ਼ਨਸਿਸ ਹੈਗੇ ਆ ਉਹਨਾਂ ਨੂੰ ਅਸੀਂ ਐਕਸਪੈਂਡ ਕਰਾਂਗੇ ਐਜੂਕੇਸ਼ਨ ਦੇ ਵਿੱਚ ਮੇਰੀਆਂ ਕੁਛ ਕਹਿ ਲਓ ਕਿ ਐਂਬੀਸ਼ਨਸ ਹੈ ਕਿ ਐਜੂਕੇਸ਼ਨ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਵੀ ਐਜੂਕੇਸ਼ਨ ਦੇਈਏ ਕਿ ਫਿਟਨੈਸ ਕਿੰਨਾ ਜ਼ਰੂਰੀ ਹੈ ਅਤੇ ਉਹ ਬੇਸਿਕ ਲੈਵਲ 'ਤੇ ਉਹ ਕਿਸ ਤਰ੍ਹਾਂ ਸਿੱਖ ਸਕਦੇ ਆ ਸੋ ਕਾਫੀ ਹਾਲੇ ਸੋਚਾਂ ਹੋਰ ਕਈ ਹੈਗੀਆਂ ਜਿਹਨੂੰ ਅਸੀਂ ਪਲਾਨ ਕਰਾਂਗੇ ਡੈਫੀਨੇਟਲੀ ਐਕਸਪੈਂਡ ਵੀ ਕਰਾਂਗੇ ਇਹ ਸੀਗੇ ਜੀ ਜੈਕ ਚੀਮਾ ਇਹਨਾਂ ਦਾ ਇੰਸਟਾਗ੍ਰਾਮ ਦਾ ਲਿੰਕ ਥੱਲੇ ਆ ਜਿਹੜੀਆਂ ਸਾਰੀਆਂ ਕ੍ਰਿਸ ਕੈਥਨ ਜੇਮਸ ਨੇ ਇੰਡੀਆ ਦੇ ਵਿੱਚ ਇਹਨਾਂ ਤੋਂ ਇਹਨਾਂ ਦੀਆਂ ਨੇ ਉਹ ਅਤੇ ਜਿਹੜੀਆਂ ਹੋਰ ਖੁੱਲ੍ਹਣਗੀਆਂ ਉਹ ਵੀ ਇਹਨਾਂ ਦੀਆਂ ਨੇ ਆਸ ਕਰਦੇ ਹਾਂ ਵੀ ਤੁਹਾਨੂੰ ਇਹ ਤੋਂ ਇੰਸਪੀਰੇਸ਼ਨ ਮਿਲੀ ਹੋਊਗੀ ਜੇ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਜੋਬ ਵੀ ਕਰਨੀ ਆ ਪੜ੍ਹਨਾ ਵੀ ਆਪਣਾ ਡੱਟ ਕੇ ਪੜ੍ਹੋ ਅਤੇ ਇਹੋ ਜਿਹੀਆਂ ਵੀਡੀਓ ਸੀ ਅਸੀਂ ਅੱਜ ਆਪਣੀ ਪਹਿਲੀ ਵੀਡੀਓ ਸੀ ਅਸੀਂ ਇਹ ਆਪਣੀ ਨਵੀਂ ਯੂਟਿਊਬ ਦੇ ਉੱਤੇ ਸੀਰੀਜ਼ ਵੀ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਆਪਾਂ ਤੁਹਾਨੂੰ ਇਹੋ ਜਿਹੀਆਂ ਸ਼ਖਸੀਅਤਾਂ ਨਾਲ ਮਿਲਾਇਆ ਕਰਾਂਗੇ ਜਿਹਨਾਂ ਤੁਸੀਂ ਕੁਝ ਸਿੱਖ ਸਕਦੇ ਹੋ ਹੈ ਨਾ ਕਈ ਵਾਰ ਆਪਾਂ ਨੂੰ ਚੀਜ਼ਾਂ ਪਤਾ ਹੁੰਦੀਆਂ ਪਰ ਜਦੋਂ ਇੱਕ ਰਿਮਾਈਂਡਰ ਹੋ ਜਾਂਦਾ ਆਪਾਂ ਨੂੰ ਫਿਰ ਲੱਗਦਾ ਵੀ ਹਾਂ ਯਾਰ ਆਹ ਕਰ ਲੈਂਦੇ ਹਾਂ ਜਿੱਦਾਂ ਆਪਣੀ ਹੈਲਥ ਦੇ ਰਿਲੇਟਡ ਹੀ ਲਾ ਲਓ ਆਪਾਂ ਨੂੰ ਜਦੋਂ ਲੋਕ ਕਹਿਣ ਲੱਗ ਜਾਂਦੇ ਵੀ ਤੂੰ ਮੋਟਾ ਹੋ ਗਿਆ ਮੋਟਾ ਹੋ ਗਿਆ ਆਪਾਂ ਨੂੰ ਲੱਗਦਾ ਵੀ ਯਾਰ ਹਾਂ ਹੁਣ ਤਾਂ ਕੁਛ ਕਰਨਾ ਪੈਂਦਾ ਕੱਪੜੇ ਵੀ ਟਾਈਟ ਹੁੰਦੇ ਜਾ ਰਹੇ ਆ ਅਤੇ ਇੱਦਾਂ ਜੇ ਤੁਹਾਡੇ ਕੋਲ ਕੋਈ ਇਹੋ ਜਿਹੀ ਸਟੋਰੀ ਆ ਤਾਂ ਸਾਨੂੰ ਜ਼ਰੂਰ ਕੰਟੈਕਟ ਕਰੋ ਈਮੇਲ ਥੱਲੇ ਪਈ ਆ ਮੇਰੀ ਐਡਰੈਸ ਡਿਸਕ੍ਰਿਪਸ਼ਨ ਦੇ ਵਿੱਚ ਹੈ ਨਾ ਤਾਂ ਸਾਨੂੰ ਈਮੇਲ ਕਰੋ ਆਪਾਂ ਮਿਲ ਕੇ ਵੀਡੀਓ ਬਣਾ ਸਕਦੇ ਹਾਂ ਐਂਡ ਥੈਂਕ ਯੂ ਸਰ ਆਪਣਾ ਟਾਈਮ ਦੇਣ ਵਾਸਤੇ ਅਤੇ ਆਪਣੇ ਪੜ੍ਹਨ ਖੇਪਰ ਸਾਹਿਬ ਤੁਸੀਂ ਕੁਛ ਕਹਿਣਾ ਚਾਹੇਂਗੇ ਫਿਟਨੈਸ ਬਾਰੇ ਮੈਂ ਇਹੀ ਕਹਿਣਾ ਚਾਹੂੰਗਾ ਮੈਂ ਮੇਰੀ ਸਟਾਰਟਿੰਗ ਸਰ ਤੋਂ ਹੀ ਹੋਈ ਹੈ ਮੈਂ ਅਭਿਨਵ ਮਹਾਜਨ ਨਾਲ ਹੁੰਦਾ ਸੀਗਾ ਮੇਰਾ ਫਰੈਂਡ ਹੁੰਦਾ ਸੀ ਉਦੋਂ ਅਸੀਂ ਸਰ ਨਾਲ ਜੁੜੇ ਸੀਗੇ ਸਰ ਨੇ ਮੈਨੂੰ ਕਾਫੀ ਇੰਸਪਾਇਰ ਕੀਤਾ ਮੈਂ ਮੇਰੇ 'ਚ ਕੌਨਫੀਡੈਂਸ ਤਾਂ ਜਮ੍ਹਾਂ ਹੀ ਜ਼ੀਰੋ ਲੈਵਲ ਹੁੰਦਾ ਸੀਗਾ ਤਾਂ ਉਦੋਂ ਤੋਂ ਮੈਂ ਸਰ ਨੂੰ ਜਾਣਦਾ ਮੈਂ ਚਾਹੁੰਦਾ ਸੀਗਾ ਵੀ ਆਪਣੀ ਸਭ ਤੋਂ ਪਹਿਲੀ ਵੀਡੀਓ ਆਪਾਂ ਸਰ ਨਾਲ ਬਣਾਈਏ ਲੋਈ ਆਪਾਂ ਪਰਮ ਖੇਪਰ ਲਈ ਹੋ ਗਈ ਦਸ਼ ਪੂਰੀ ਅਤੇ ਨਾ ਮੂਹਰੇ ਮੈਨੂੰ ਪਤਾ ਨਹੀਂ ਬੋਲੇ ਹੀ ਨਹੀਂ ਜਾਂਦਾ ਨਾ ਸਹੀ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਅਗੇਨ ਜੇ ਤੁਹਾਡੇ ਕੋਲ ਕੋਈ ਇੱਦਾਂ ਦੀ ਸਟੋਰੀ ਆ ਸਾਨੂੰ ਜ਼ਰੂਰ ਰੀਚ ਆਊਟ ਕਰੋ ਆਪਾਂ ਕਵਰ ਕਰਾਂਗੇ ਅਤੇ ਖੁਸ਼ ਰਹੋ ਆਪਣਾ ਹਾਰਡਵਰਕ ਕਰਦੇ ਰਹੋ ਬਾਕੀ ਰੱਬ ਦੀ ਚੱਲ ਪਲੈਨ ਕਰੋ ਪੂਰਾ ਅਤੇ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ